ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਸਿੱਖ ਚੈਨਲ 'ਤੇ ਸਮੂਹ ਦਰਸ਼ਕਾਂ ਦਾ ਅਤੇ ਡਾਕਟਰ ਏ.ਐੱਸ. ਮਾਹਲ ਦਾ। ਡਾਕਟਰ ਏ.ਐੱਸ. ਮਾਹਲ ਜੋ ਜੜੀ ਬੂਟੀ ਇਲਾਜ ਪ੍ਰਬੰਧ ਪ੍ਰਣਾਲੀ ਦੇ ਮਾਹਿਰ ਨੇ, ਪੁਰਾਤਨ ਸਮਿਆਂ ਤੋਂ ਜੜੀ ਬੂਟੀ ਨਾਲ ਜੁੜੇ ਰਹਿਣ ਦਾ ਮਤਲਬ ਸੀ ਕੁਦਰਤ ਦੇ ਨਾਲ ਜੁੜੇ ਰਹਿਣਾ। ਔਰ ਇਸ ਵੇਲੇ ਮੈਂ ਡਾਕਟਰ ਸਾਹਿਬ ਤੋਂ ਸਭ ਤੋਂ ਪਹਿਲਾਂ ਜਿਹੜੀ ਗੱਲ ਪੁੱਛਣੀ ਚਾਹਵਾਂਗੀ ਉਹ ਇਹ ਜਾਣਨੀ ਚਾਹਵਾਂਗੀ ਕਿ ਡਾਕਟਰ ਸਾਹਿਬ, ਤੁਸੀਂ ਉਚੇਚੇ ਤੌਰ 'ਤੇ ਕਿਹੜੀਆਂ ਕਿਹੜੀਆਂ ਮਨੁੱਖੀ ਸਰੀਰ ਨਾਲ ਸੰਬੰਧਿਤ ਸਮੱਸਿਆਵਾਂ ਨੇ ਜਿਨ੍ਹਾਂ ਦੇ ਇਲਾਜ ਪ੍ਰਬੰਧ ਵਿੱਚ ਮੁਹਾਰਤ ਰੱਖਦੇ ਹੋ, ਸਾਨੂੰ ਇਸ ਦੀ ਜਾਣਕਾਰੀ ਦਿਓ। ਔਰ ਜਿਨ੍ਹਾਂ ਦਾ ਇਲਾਜ ਦੂਸਰੀਆਂ ਪ੍ਰਣਾਲੀਆਂ ਦੇ ਵਿੱਚ ਬਹੁਤ ਔਖਾ ਹੋਣ ਦੇ ਬਾਵਜੂਦ ਜੜੀ ਬੂਟੀ ਪ੍ਰਬੰਧ ਦੇ ਨਾਲ ਹੋ ਸਕਦਾ ਹੈ। ਬਿਲਕੁਲ, ਤੁਸੀਂ ਠੀਕ ਕਿਹਾ ਹੈ ਕਿ ਸਾਡਾ ਇਹ ਖਿੱਤਾ ਜਿਹਦੇ 'ਚ ਸਾਡੇ ਸਿਰ 'ਤੇ ਹਿਮਾਲਾ ਪਹਾੜ ਹੈ ਔਰ ਪੈਰਾਂ ਦੇ ਵਿੱਚ ਸਮੁੰਦਰ ਹੈ, ਇਹ 7200 ਜੜੀ ਬੂਟੀਆਂ ਦਾ ਦੇਸ਼ ਹੈ ਜੀ। ਔਰ 7200 ਜੜੀ ਬੂਟੀਆਂ ਦੇ ਦੇਸ਼ ਦਾ ਮਤਲਬ ਇਹ ਹੈ ਕਿ ਦੁਨੀਆਂ ਦੇ ਵਿੱਚ ਇਹ ਇੱਕ ਵਿਲੱਖਣ ਖਿੱਤਾ ਹੈ ਜਿਹਦੇ ਕੋਲ 6 ਰੁੱਤਾਂ ਨੇ। -5 ਤੋਂ ਲੈ ਕੇ, ਜੇ ਮੈਂ ਪੰਜਾਬ ਦੀ ਧਰਤੀ ਦੀ ਗੱਲ ਕਰਾਂ, ਹਾਂਜੀ, -5 ਤੋਂ ਲੈ ਕੇ ਅਤੇ 47 ਡਿਗਰੀ ਤੱਕ, 52 ਡਿਗਰੀ ਦੀ ਵੇਰੀਏਸ਼ਨ ਕਿਸੇ ਹੋਰ ਧਰਤੀ ਦੇ ਹੋਰ ਖਿੱਤੇ ਦੇ ਵੰਡੇ ਨਹੀਂ ਆਈ। ਇਸ ਕਰਕੇ ਹੀ ਹਿੰਦੁਸਤਾਨ ਜਿਹੜਾ ਹੈ ਉਹ 7200 ਜੜੀ ਬੂਟੀਆਂ ਦਾ ਦੇਸ਼ ਹੈ, ਜਿਹਦੇ ਵਿੱਚ ਬਹੁਤ ਹੀ ਵਿਲੱਖਣ ਕਿਸਮ ਦੀ ਸਬਜ਼ੀ ਭਾਜੀ, ਫਲ ਫੁੱਲ, ਜੜੀ ਬੂਟੀ, ਔਰ ਇਹ ਇੱਕ ਬਹੁਤ ਵੱਡਾ ਭੰਡਾਰ ਹੈ। ਔਰ 1500 ਦੇ ਕਰੀਬ ਕਰੀਬ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਨ੍ਹਾਂ ਦੀ ਸਾਡੇ ਕੋਲ ਪੂਰੀ ਦੀ ਪੂਰੀ ਡਾਕੂਮੈਂਟੇਸ਼ਨ ਹੈ, ਅੱਜ ਤੋਂ ਨਹੀਂ, ਹਾਂਜੀ, ਬਹੁਤ ਪੁਰਾਣੇ ਸਮਿਆਂ ਤੋਂ। ਔਰ ਇਹ 3000 ਸਾਲਾਂ ਤੋਂ ਜਿਹੜਾ ਭੰਡਾਰ ਹੈ ਉਹ ਸਾਡੇ ਕੋਲ ਸੰਭਾਲਿਆ ਹੋਇਆ ਹੈ। ਔਰ ਇਹ ਭੰਡਾਰ ਕੁਛ ਕਾਰਨਾਂ ਕਰਕੇ ਅੱਖੋਂ ਪਰੋਖੇ ਹੋ ਗਿਆ, ਲੇਕਿਨ ਅੱਜ ਜਿੱਥੇ ਦੁਨੀਆਂ ਦੇ ਹਰ ਕੋਨੇ ਵਿੱਚ ਕੁਦਰਤੀ ਇਲਾਜ ਪ੍ਰਬੰਧ ਦਾ ਚਰਚਾ ਹੋ ਰਿਹਾ ਹੈ, ਉੱਥੇ ਇਸ ਵੇਲੇ ਜਿਹੜਾ ਇੰਡੀਆ ਆ ਉਹ ਇਸ ਵੇਲੇ ਬਿਲਕੁਲ ਮੁਕਟ ਬਣਿਆ ਪਿਆ ਆ ਕਿ ਜੋ ਸਾਡੇ ਕੋਲ, ਔਰ ਇਹੋ ਜਿਹੀਆਂ ਬਿਮਾਰੀਆਂ ਜਿਨ੍ਹਾਂ ਦਾ ਦੁਨੀਆਂ ਭਰ ਦੇ ਸਿਸਟਮ ਦੇ ਕੋਲ ਇਲਾਜ ਔਖਾ ਹੁੰਦਾ ਹੈ ਜਾਂ ਨਹੀਂ ਹੁੰਦਾ, ਉਹਦਾ ਇਲਾਜ ਪ੍ਰਬੰਧ ਜਿਹੜਾ ਆ ਉਹ ਭਾਰਤੀ ਜੜੀ ਬੂਟੀ ਪ੍ਰਬੰਧ ਦੇ ਵਿੱਚ ਪਿਆ ਆ, ਜਿਹਦੇ ਵਿੱਚ ਤੁਸੀਂ ਐਸਥਮਾ ਕਹਿ ਲਓ, TB ਕਹਿ ਲਓ, ਚਮੜੀ ਦੇ ਨਾਲ ਜੁੜੀਆਂ ਬਿਮਾਰੀਆਂ, ਸੋਰਾਈਸਿਸ ਹੋ ਗਿਆ, ਐਸਥਮਾ ਹੋ ਗਿਆ, ਡਰਮੇਟਾਈਟਿਸ ਹੋ ਗਿਆ, ਡਾਇਬਟੀਜ਼ ਨੇ ਇਸ ਵੇਲੇ ਦੁਨੀਆਂ ਨੂੰ ਬੜਾ ਪਰੇਸ਼ਾਨ ਕੀਤਾ ਹੈ, ਮੋਟਾਪੇ ਨੇ ਬਹੁਤ ਪਰੇਸ਼ਾਨ ਕੀਤਾ ਹੈ, ਜਾਂ ਬਹੁਤ ਵਾਰੀ ਸਪਾਈਨਲ ਇੰਜਰੀਜ਼ ਨੇ, ਜਾਂ ਬਹੁਤ ਵਾਰੀ ਸਾਡੇ ਕੋਲ ਹੈਮੀਪਲੀਜੀਆ ਆ, ਪੈਰਾਪਲੀਜੀਆ, ਲਕਵਾ ਹੋ ਗਿਆ, ਦਰੰਗ ਹੋ ਗਿਆ, ਸ਼ੇਟਕਾ ਦੀ ਪੇਨ ਹੋ ਗਈ, ਸਰਵਾਈਕਲ ਹੋ ਗਿਆ। ਸੋ ਇਹੋ ਜਿਹੀਆਂ ਬਿਮਾਰੀਆਂ ਜਿਨ੍ਹਾਂ ਦਾ ਦੂਸਰੇ ਇਲਾਜ ਪ੍ਰਬੰਧ 'ਚ ਔਖਾ ਕੰਮ ਹੈ, ਜੜੀ ਬੂਟੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਮੈਂ ਇੱਥੇ ਇਹ ਜਾਣ ਕੇ ਬਹੁਤ, ਜੋ ਮੈਨੂੰ ਖੁਸ਼ੀ ਹੋਈ ਹੈ, ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰਨਾ ਚਾਹਾਂਗੀ ਕਿ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਪੂਰੀ ਦੁਨੀਆਂ ਦਾ ਮੁਕਟ ਹਿੰਦੁਸਤਾਨ ਅਤੇ ਹਿੰਦੁਸਤਾਨ ਦਾ ਮੁਕਟ ਪੰਜਾਬ, ਪੰਜਾਬ ਜਿਹਦੇ ਵਿੱਚ ਆਬੋ ਹਵਾ ਦੇ ਵਿੱਚ ਇੰਨੀ ਤਕੜੀ ਵੇਰੀਏਸ਼ਨ ਹੈ ਕਿ ਅੱਤ ਦੀ ਗਰਮੀ ਅਤੇ ਅੱਤ ਦੀ ਸਰਦੀ, ਜਿਸ ਨੇ ਸਾਨੂੰ ਪੰਜਾਬੀਆਂ ਨੂੰ ਇਹ ਸਿਖਾ ਦਿੱਤਾ ਕਿ ਹਰ ਸਮੱਸਿਆ ਦਾ ਸਾਹਮਣਾ ਬੜੀ ਦਲੇਰੀ ਦੇ ਨਾਲ ਅਤੇ ਖੁੱਲ੍ਹ ਦਿਲੀ ਦੇ ਨਾਲ ਕਰਨਾ ਹੈ। ਐਵੇਂ ਨਹੀਂ ਕਿਹਾ ਗਿਆ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਮੁਹਿੰਮਾਂ ਦਾ ਟਾਕਰਾ ਤਦ ਹੀ ਹੋ ਸਕਦਾ ਸੀ ਕਿ ਇੰਨੀਆਂ ਟਫ ਕੰਡੀਸ਼ਨਸ ਦੇ ਵਿੱਚ ਅਤੇ ਇਸ ਵੇਰੀਏਟ ਜਿਹੜੀ
ਆਬੋ ਹਵਾ ਦੇ ਵਿੱਚ ਸਾਡੇ ਜੀਵਨ ਬਣੇ, ਪਲੇ, ਨਿਖਰੇ, ਸਭ ਕੁਛ ਹੋਇਆ। ਡਾਕਟਰ ਸਾਹਿਬ, ਤੁਸੀਂ ਦੱਸਿਆ ਹੈ ਕਿ ਤੁਹਾਡੀ ਮੁਹਾਰਤ ਅਸਥਮਾ, ਮੋਟਾਪੇ ਦੇ ਵਿੱਚ ਸ਼ੂਗਰ ਦੀਆਂ ਪ੍ਰੋਬਲਮਸ ਨੂੰ ਹੱਲ ਕਰਨ ਦੇ ਵਿੱਚ, ਇਹ ਜੋੜਾਂ ਦੀਆਂ ਦਰਦਾਂ ਦੇ ਵਿੱਚ, ਇਹ ਕੁਛ ਐਸੀਆਂ ਪ੍ਰੋਬਲਮਸ ਨੇ ਜਿਨ੍ਹਾਂ ਦਾ ਦੂਸਰੀਆਂ ਪ੍ਰਣਾਲੀਆਂ ਵਿੱਚ ਵੀ ਇਲਾਜ ਹੋਏਗਾ, ਲੇਕਿਨ ਉਹ ਇਲਾਜ ਸ਼ਾਇਦ ਉਨਾ ਕਾਰਗਰ ਨਾ ਹੋਵੇ, ਉਹਦੇ ਕੋਈ ਸਾਈਡ ਇਫੈਕਟਸ ਹੋ ਸਕਦੇ ਨੇ, ਜਦਕਿ ਜੜੀ ਬੂਟੀ ਦੇ ਨਾਲ ਕੀਤਾ ਜਾਣ ਵਾਲਾ ਇਲਾਜ ਜਿਹੜਾ ਇਹ ਬਹੁਤ ਕਾਰਗਰ ਹੈ। ਪਰ ਅੱਜ ਮੈਂ ਜਿਸ ਮੁੱਦੇ ਤੇ ਗੱਲ ਕਰਨੀ ਚਾਹਾਂਗੀ ਉਹ ਮੁੱਦਾ ਹੈ ਕਿ ਗਲੈਮਰ ਦੇ ਵਿੱਚ ਵੀ ਪੰਜਾਬੀ ਕਿਸੇ ਤਰ੍ਹਾਂ ਪਿੱਛੇ ਨਹੀਂ ਰਹੇ। ਅੱਜ ਦੁਨੀਆ ਭਰ ਦੇ ਵਿੱਚ ਪੰਜਾਬੀ ਜ਼ੁਬਾਨ ਦੇ ਸ਼ਬਦਾਂ ਦੀ ਚਰਚਾ ਹੋ ਰਹੀ ਹੈ, ਪੰਜਾਬੀ ਸੰਗੀਤ ਦੀ ਚਰਚਾ ਹੋ ਰਹੀ ਹੈ, ਔਰ ਇਸ ਨੂੰ ਖੂਬ ਖੁੱਲ੍ਹਦਿਲੀ ਦੇ ਨਾਲ ਮਾਣਿਆ ਜਾ ਰਿਹਾ ਹੈ, ਅਤੇ ਗਲੈਮਰ ਦੇ ਵਿੱਚ ਬਹੁਤ ਇਸ ਦੇ ਨਾਲ ਵਾਧਾ ਹੋਇਆ ਹੈ, ਅਤੇ ਗਲੈਮਰ ਦਾ ਜਿਹੜਾ ਦੁਨੀਆ ਹੈ, ਵਰਲਡ ਹੈ, ਉਹਦੇ ਵਿੱਚ ਸਭ ਤੋਂ ਜ਼ਿਆਦਾ ਹਿੱਸਾ ਹੈ, ਯੋਗਦਾਨ ਹੈ ਹਿਊਮਨ ਬੀਇੰਗਸ ਦੀ ਖੂਬਸੂਰਤੀ ਦਾ। ਅਤੇ ਮੈਂ ਜਾਣਨਾ ਚਾਹਾਂਗੀ ਕਿ ਇਸ ਖੂਬਸੂਰਤੀ ਦੇ ਵਾਧੇ ਵਿੱਚ ਜਾਂ ਇਸ ਨੂੰ ਕਾਇਮ ਰੱਖਣ ਦੇ ਵਿੱਚ ਜੜੀ ਬੂਟੀ ਕਿਸ ਤਰ੍ਹਾਂ ਸਹਾਈ ਹੋ ਸਕਦੀ ਹੈ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜੜੀ ਬੂਟੀਆਂ ਦੇ ਵਿੱਚ ਤਾਂ ਸਾਡੇ ਕੋਲ ਇਹੋ ਜਿਹੀਆਂ ਮਿਰੈਕਲਸ ਚੀਜ਼ਾਂ ਨੇ ਜਿਨ੍ਹਾਂ ਦੇ ਬਹੁਤ ਵਧੀਆ ਰਿਜ਼ਲਟ ਹੋਏ ਹੈ, ਪਰ ਮੈਂ ਸਿਰਫ ਉੱਥੋਂ ਤੱਕ ਸੀਮਤ ਹੋਣਾ ਚਾਹੁੰਦਾ ਜਿੱਥੋਂ ਤੱਕ ਸਾਡਾ ਭਾਈਚਾਰਾ ਜਿਹੜਾ, ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ, ਉਹ ਆਪਣੇ ਆਲੇ ਦੁਆਲੇ ਦੇ ਵਿੱਚੋਂ ਆਪਣੀ ਖੂਬਸੂਰਤੀ ਦਾ ਕਿਵੇਂ ਪ੍ਰਬੰਧ ਕਰ ਸਕਦੇ ਹਾਂ। ਬਿਲਕੁਲ ਜੀ, ਐਗਜੈਕਟਲੀ। ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਅਸੀਂ ਬਹੁਤ ਸਾਰੀਆਂ ਕੈਮੀਕਲ ਐਡਮਿਨਿਸਟ੍ਰੇਸ਼ਨਸ ਨੇ ਜਿਹੜੀਆਂ ਆਪਣੇ ਚਿਹਰੇ ਦੇ ਉੱਤੇ ਕੋਸਮੈਟਿਕਸ ਦੇ ਜ਼ਰੀਏ, ਜਿਹੜਾ ਕਿ ਕੈਮੀਕਲ ਬੇਸਡ ਕੋਸਮੈਟਿਕ ਹੈ, ਉਹਦੇ ਲਈ ਅਸੀਂ ਬਹੁਤ ਵਾਰੀ ਨੁਕਸਾਨ ਉਠਾ ਰਹੇ ਨੇ। ਲੇਕਿਨ ਅਸੀਂ ਇਹ ਦੇਖਣਾ ਹੈ ਕਿ ਜੇ ਮੈਂ ਔਰਤਾਂ ਦੀ ਖਾਸ ਕਰਕੇ ਗੱਲ ਕਰਾਂ, ਜੇ ਤੁਸੀਂ ਗਲੈਮਰ ਦੀ ਗੱਲ ਕੀਤੀ ਹੈ, ਤਾਂ ਸਾਨੂੰ ਕਿਤੇ ਵੀ ਬਹੁਤ ਸਾਰੇ ਪੈਰਲਰਸ ਦੇ ਵਿੱਚ ਜਾ ਕੇ, ਬਹੁਤ ਸਾਰੀਆਂ ਕਲੀਨਿਕਸ ਦੇ ਵਿੱਚ ਜਾ ਕੇ, ਬਹੁਤ ਸਾਰੀਆਂ ਸਾਨੂੰ ਮਸ਼ੀਨਾਂ ਚੀਜ਼ਾਂ ਯੂਜ਼ ਕਰਨ ਦੀ ਜ਼ਰੂਰਤ ਨਹੀਂ, ਜੇ ਅਸੀਂ ਕੁਦਰਤੀ ਤੌਰ ਤਰੀਕਿਆਂ ਤੋਂ ਜਾਣੂ ਵਾਕਫ ਹੋਈਏ। ਸੋ ਜੇ ਮੈਂ ਸਿਰ ਤੋਂ ਸ਼ੁਰੂ ਕਰਕੇ ਪੈਰਾਂ ਤੱਕ ਜਾਵਾਂ, ਹਾਂਜੀ, ਤੇ ਮੈਨੂੰ ਅਜੇ ਤੱਕ ਯਾਦ ਆਉਂਦਾ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਸ਼ਾਦੀ ਹੁੰਦੀ ਸੀ, ਉਸ ਵੇਲੇ ਹਲਦੀ ਦੇ ਨਾਲ ਵਟਣਾ, ਚੰਦਨ ਦੇ ਨਾਲ ਵਟਣਾ ਬਣਾਏ ਜਾਂਦੇ ਸੀ ਸਰੀਰ ਨੂੰ ਖੂਬਸੂਰਤ ਬਣਾਉਣ ਦੇ ਲਈ। ਮੈਂ ਜੇ ਵਾਲਾਂ ਦੀ ਗੱਲ ਕਰਾਂ ਤਾਂ ਇਸ ਵੇਲੇ ਬਹੁਤ ਸਾਰੀਆਂ, ਕਿਉਂਕਿ ਵਾਲਾਂ ਦੇ ਨਾਲ ਸੰਬੰਧਿਤ ਪ੍ਰੋਬਲਮਸ ਨੇ ਜਿਹੜੀਆਂ, ਜਿਵੇਂ ਸਕੈਲਪ ਦੀ ਗੱਲ ਕਹੀਏ ਤਾਂ ਸਿੱਕਰੀ ਨੇ ਬਹੁਤ ਪਰੇਸ਼ਾਨ ਕੀਤਾ ਹੈ। ਪ੍ਰੀਮਚਿਓਰ ਗ੍ਰੇਇੰਗ ਦਾ ਮਤਲਬ ਇਹ ਹੈ ਕਿ ਉਮਰ ਤੋਂ ਪਹਿਲਾਂ ਵਾਲ ਸਫੇਦ ਹੋ ਜਾਣੇ, ਉਹਦੀ ਬੜੀ ਵੱਡੀ ਪਰੇਸ਼ਾਨੀ ਹੈ। ਇਸ ਤੋਂ ਇਲਾਵਾ ਵਾਲਾਂ ਦਾ ਟੁੱਟਣਾ, ਵਾਲਾਂ ਦਾ ਲੰਬੇ ਨਾ ਹੋਣਾ, ਵਾਲਾਂ ਦਾ ਝੜਨਾ ਇਹ ਬਹੁਤ ਵੱਡੀ ਪ੍ਰੋਬਲਮ ਸਾਡੇ ਸਾਹਮਣੇ ਆਈ ਹੈ। ਲੇਕਿਨ ਇਹਨਾਂ ਦੇ ਘਰੋਂ ਤੁਸੀਂ ਪ੍ਰਬੰਧ ਕਰਕੇ, ਬਹੁਤ ਜੜੀ ਬੂਟੀਆਂ ਦਾ ਪ੍ਰਬੰਧ ਤਾਂ ਅਸੀਂ ਕਰਦੇ ਹਾਂ ਜੀ, ਲੇਕਿਨ ਬਿਨਾਂ ਪੈਸਾ ਖਰਚ ਕੀਤਿਆਂ ਅਸੀਂ ਬਹੁਤ ਸਾਰੇ ਆਪਣੇ ਘਰ ਚੌਂਕੇ ਦੇ ਵਿੱਚੋਂ ਚੀਜ਼ਾਂ ਪੈਦਾ ਕਰਕੇ ਇਸ ਸਾਰੀ ਚੀਜ਼ ਦਾ ਪ੍ਰਬੰਧ ਕਿਵੇਂ ਕਰ ਸਕਦੇ ਹਾਂ। ਸੋ ਸਕੈਲਪ ਹੇਅਰ ਅਤੇ ਸਕੈਲਪ, ਇਹਦੇ ਵਾਸਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਚਾਹੇ ਉਹ ਸਿੱਕਰੀ ਹੋਵੇ, ਚਾਹੇ ਉਹ ਵਾਲ ਲੰਬੇ ਨਾ ਹੁੰਦੇ ਹੋਣ, ਵਾਲ ਝੜਦੇ ਹੋਣ, ਵਾਲ ਪਹਿਲਾਂ ਚਿੱਟੇ ਹੋ ਜਾਂਦੇ ਹੋਣ, ਸਭ ਤੋਂ ਸੌਖਾ ਤਰੀਕਾ ਹੈ, ਕਦੇ ਅਜਮਾ ਕੇ ਵੇਖੋ, ਥੋੜ੍ਹਾ ਔਖਾ ਹੈ ਕਿਉਂਕਿ ਥੋੜ੍ਹਾ ਜਿਹਾ ਰਸਟਿਕ ਹੋਏਗਾ, ਥੋੜ੍ਹਾ ਜਿਹਾ ਕਰਿਊਡ ਹੋਏਗਾ, ਬੁਰਾ ਵੀ ਲੱਗ ਸਕਦਾ ਹੈ, ਲੇਕਿਨ ਜੇ ਅਸੀਂ ਕੁਦਰਤੀ ਤੌਰ ਤਰੀਕਿਆਂ ਦੇ ਨਾਲ ਕਰਨਾ ਹੈ ਤਾਂ ਇਹ ਚੀਜ਼ਾਂ ਸਾਨੂੰ ਆਪਣਾ ਹਿੱਸਾ ਬਣਾਉਣੀਆਂ ਚਾਹੀਦੀਆਂ। ਉਹਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ, ਇੱਕ ਚਮਚ ਪਿਆਜ਼ ਦਾ ਰਸ ਅਤੇ ਇੱਕ ਚਮਚ ਲਸਣ ਦਾ ਰਸ,
ਲਸਣ ਨੂੰ ਬਿਲਕੁਲ ਮੈਸ਼ ਕਰਕੇ, ਮਲੀਦਾ ਕਰਕੇ ਤੁਸੀਂ ਕਾਟਨ ਦੇ ਥਰੂ ਉਹਦੇ 'ਚੋਂ ਡਰੋਪਸ ਕੱਢ ਸਕਦੇ ਹੋ, ਲੇਕਿਨ ਰੋਜ਼ ਦਾ ਰੋਜ਼ ਬਣਾਉਣਾ ਹੈ। ਔਰ ਚੀਰ ਕੱਢ ਕੱਢ ਕੇ ਰਾਤ ਨੂੰ ਸੌਣ ਲੱਗਿਆ ਸਕੈਲਪ ਦੇ ਉੱਤੇ ਲਾ ਲੈਣਾ, ਸਕੈਲਪ ਦੇ ਉੱਤੇ ਲਾ ਕੇ ਫਿਰ ਸਵਿਮਿੰਗ ਕੈਪ ਇੱਕ ਰੱਖ ਲੈਣੀ ਹੈ। ਸਵਿਮਿੰਗ ਕੈਪ ਦਾ ਮਤਲਬ ਇਹ ਹੈ ਕਿ ਉਹ ਜੋ ਤੁਸੀਂ ਲੋਸ਼ਨ ਬਣਾਇਆ ਬੜਾ ਪ੍ਰੈਸ਼ੀਅਸ ਹੈ, ਰੋਜ਼ ਦੀ ਰੋਜ਼ ਬਣਨਾ, ਉਹ ਵੇਸਟ ਨਾ ਹੋਵੇ। ਵਾਲਾਂ 'ਚ ਨਹੀਂ ਲੱਗਣਾ ਚਾਹੀਦਾ, ਵਾਲਾਂ ਦੀਆਂ ਜੜ੍ਹਾਂ 'ਚ ਲੱਗਣਾ ਚਾਹੀਦਾ, ਸਕੈਲਪ 'ਤੇ ਲੱਗਣਾ ਚਾਹੀਦਾ ਹੈ, ਅਤੇ ਉਹ ਲਗਾਤਾਰ 15 ਦਿਨ ਉਹਦੀ ਵਰਤੋਂ ਕਰੋ, ਫਿਰ 7 ਦਿਨ ਦੀ ਬ੍ਰੇਕ ਕਰੋ, ਫਿਰ 15 ਦਿਨ, 3 ਮਹੀਨੇ ਤੱਕ ਇਹ ਜਾਰੀ ਰੱਖਣਾ। ਅਤੇ ਕਿਸੇ ਵੀ ਕਿਸਮ ਦੀਆਂ ਜਿਹੜੀਆਂ ਕਿਉਂਕਿ ਫੰਗਸ ਜਾਂ ਫੰਗਲ ਡਿਜ਼ੀਜ਼ ਨੇ ਉਹ ਛੇਤੀ ਕੀਤੀਆਂ ਗਲੋਂ ਨਹੀਂ ਲੱਥਦੀਆਂ, ਤੋ ਸਾਡੇ ਜਿਹੜੇ ਰੂਟਸ ਦੇ ਵਿੱਚ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਜਿਹੜੀ ਖਾਸ ਕਿਸਮ ਦੀ ਸਕੈਲਪ ਹੈ, ਜਿਹਨੇ ਵਾਲ ਚਿੱਟੇ ਵੀ ਕਰ ਦਿੱਤੇ, ਵਾਲ ਝਾੜ ਵੀ ਦਿੱਤੇ, ਸਿਕਰੀ ਵੀ ਪੈਦਾ ਕਰ ਦਿੱਤੀ, ਉਹ ਵੀ ਇੱਕ ਫੰਗਸ ਹੈ, ਉਹ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਹੈ। ਇਹ ਗੱਲ ਬੜੀ ਹੈਰਾਨੀ ਦੀ ਤਾਂ ਲੱਗਦੀ ਹੈ ਕਿ ਕਿਵੇਂ ਲਸਣ ਦਾ ਪੇਸਟ ਜਾਂ ਉਸਦਾ ਰਸ ਕੱਢ ਕੇ ਵਾਲਾਂ ਦੇ ਵਿੱਚ ਲਗਾਇਆ ਜਾਵੇ ਅਤੇ ਉਹ ਇਹਨਾਂ ਪ੍ਰੋਬਲਮਸ ਤੋਂ ਛੁਟਕਾਰਾ ਦਿਵਾ ਸਕਦਾ ਹੈ। ਤਾਂ ਮੈਨੂੰ ਯਾਦ ਆਉਂਦਾ ਹੈ ਕਿ ਬਚਪਨ ਦੇ ਵਿੱਚ ਸਾਡੇ ਵੱਡਿਆਂ ਵਡੇਰਿਆਂ ਨੇ, ਬਜ਼ੁਰਗਾਂ ਨੇ, ਜੇ ਕਿਸੇ ਦੇ ਦਾਦ ਦਦਰੀ ਹੋ ਜਾਂਦੀ ਸੀ ਤਾਂ ਉਹਦੇ 'ਤੇ ਵੀ ਲਸਣ ਦਾ ਪਾਣੀ ਕੱਢ ਕੇ ਲਗਾਇਆ ਜਾਂਦਾ ਸੀ, ਸੋ ਦੈਟ ਉਹ ਠੀਕ ਹੋ ਸਕੇ। ਅਤੇ ਹੁੰਦਾ ਵੀ ਸੀ ਕਿ ਇੱਕ ਵਾਰੀ ਤਾਂ ਉਹਦੇ 'ਚੋਂ ਕਹਿਣਾ ਜੀ ਇਹ ਫੁੱਲ ਕੇ ਅਤੇ ਇਹਦੇ 'ਚੋਂ ਬਾਹਰ ਨਿਕਲ ਜਾਏਗਾ ਜਿਹੜਾ ਜ਼ਹਿਰੀਲਾ ਮਾਦਾ ਹੈ, ਅਤੇ ਉਸ ਤੋਂ ਬਾਅਦ ਇਹ ਰਾਜ਼ੀ ਹੋ ਜਾਏਗਾ। ਸੋ ਡਾਕਟਰ ਸਾਹਿਬ, ਇਹ ਤੁਸੀਂ ਸਾਨੂੰ ਫਿਰ ਤੋਂ ਉਸ ਵਕਤ ਵਿੱਚ ਲੈ ਗਏ, ਸਾਨੂੰ ਉਹ ਗੱਲਾਂ ਯਾਦ ਕਰਵਾਈਆਂ, ਇਹ ਤੁਸੀਂ, ਅਸੀਂ ਤੁਹਾਡੇ ਇਹਦੇ ਲਈ ਸ਼ੁਕਰਗੁਜ਼ਾਰ ਹਾਂ। ਪਰ ਤੁਸੀਂ ਨਾਲ ਦੀ ਨਾਲ ਅੱਗੇ ਸਾਨੂੰ ਇਹ ਵੀ ਦੱਸੋਗੇ ਕਿ ਵਾਲ ਜਿਹੜੇ ਜਲਦੀ ਗ੍ਰੇ ਹੋ ਜਾਂਦੇ ਨੇ ਉਸਦੇ ਕਾਰਨ ਕੀ ਹੋ ਸਕਦੇ ਨੇ, ਕੀ ਇਹਦਾ ਖੁਰਾਕ ਦੇ ਨਾਲ ਵੀ ਕੋਈ ਸੰਬੰਧ ਹੈ ਜਾਂ ਸਿਰਫ ਜਿਹੜੀ ਕੈਮੀਕਲਸ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ। ਤੁਸੀਂ ਦਰੁਸਤ ਫਰਮਾਇਆ ਹੈ ਕਿ ਬਹੁਤ ਸਾਰਾ ਸਕਿਨ ਦੀ ਸੰਭਾਲ ਵਾਸਤੇ, ਵਾਲਾਂ ਦੀ ਸੰਭਾਲ ਵਾਸਤੇ, ਖੂਬਸੂਰਤੀ ਨੂੰ ਵਧਾਉਣ ਵਾਸਤੇ ਕੈਮੀਕਲ ਪ੍ਰੋਡਕਟਸ ਦੀ ਵਰਤੋਂ ਬਹੁਤ ਹੋ ਰਹੀ ਹੈ, ਕੀ ਉਹ ਕੁਛ ਇਹਦੇ ਲਈ ਫਾਇਦੇਮੰਦ ਹੋ ਰਹੇ ਨੇ ਜਾਂ ਨੁਕਸਾਨਦੇਹ ਹੋ ਰਹੇ ਨੇ? ਕਿਸੇ ਵੀ ਕੈਮੀਕਲ ਦੀ ਐਡਮਿਨਿਸਟ੍ਰੇਸ਼ਨ, ਚਾਹੇ ਲੋਕਲ ਐਪਲੀਕੇਸ਼ਨ ਹੋਵੇ ਚਾਹੇ ਓਰਲ ਐਡਮਿਨਿਸਟ੍ਰੇਸ਼ਨ ਹੋਵੇ, ਉਹ ਟੈਂਪਰੇਰੀ ਰਿਲੀਫ ਜਾਂ ਸਾਨੂੰ ਉੱਥੇ ਤਾਂ ਦੇ ਜਾਏਗੀ, ਲੇਕਿਨ ਪਰਮਾਨੈਂਟ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਉਹਨੂੰ ਹਿੱਸਾ ਬਣਾਓਗੇ ਤਾਂ ਡੈਮੇਜਸ ਹੋਣਗੇ। ਸੋ ਇਹ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਆਪਣੇ ਕੁਦਰਤੀ ਤੌਰ ਤਰੀਕਿਆਂ 'ਤੇ ਹੀ ਜ਼ੋਰ ਲਾ ਕੇ ਰੱਖਣਾ ਚਾਹੀਦਾ ਆ, ਉਹਦੇ ਨਾਲ ਹੀ ਅਸੀਂ ਆਪਣੀ ਸਿਹਤ ਸੰਭਾਲ ਸਾਨੂੰ ਕਰਨੀ ਚਾਹੀਦੀ ਆ, ਜਿੱਥੇ ਕਿਤੇ ਐਮਰਜੈਂਸੀ ਕੰਡੀਸ਼ਨਸ ਡਿਵੈਲਪ ਹੁੰਦੀਆਂ, ਜਿੱਥੇ ਕਿਤੇ ਸਾਡੀਆਂ ਮਜਬੂਰੀਆਂ ਨੇ, ਅਤੇ ਉੱਥੇ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਕਿ ਇਹ ਇੱਕ ਇੰਟੈਗਰੇਟਿਡ ਸਿਸਟਮ ਹੋਣਾ ਚਾਹੀਦਾ ਹੈ ਜੀ, ਕਿ ਜਿਹੜੀਆਂ ਇੱਕ ਸਿਸਟਮ ਤੋਂ ਚੀਜ਼ਾਂ ਠੀਕ ਨਹੀਂ ਹੋ ਰਹੀਆਂ, ਦੂਸਰਾ ਉਹਦੀ ਪੂਰਤੀ ਕਰੇ, ਦੂਸਰੇ ਕੋਲੋਂ ਨਹੀਂ ਹੋ ਰਹੀਆਂ, ਤੀਸਰਾ ਪੂਰਤੀ ਕਰੇ। ਸੋ ਇਹ ਰਲ ਮਿਲ ਕੇ ਬਹੁਤ ਸਾਰੀ ਜਗ੍ਹਾ, ਬਹੁਤ ਸਾਰੀਆਂ ਚੀਜ਼ਾਂ ਦਾ ਇਲਾਜ ਇੱਕ ਸਿਸਟਮ ਕੋਲ ਨਹੀਂ ਹੈਗਾ, ਦੂਸਰੇ ਕੋਲ ਨਹੀਂ ਹੈਗਾ, ਫਿਰ ਤੀਸਰੇ ਕੋਲ ਨਹੀਂ ਹੈਗਾ, ਇਹ ਸਾਰੇ ਦੇ ਸਾਰੇ ਸਿਸਟਮ ਨੇ ਜਿਹੜੇ ਉਹ ਇੱਕ ਦੂਸਰੇ ਦੇ ਪੂਰਕ ਹੋਣੇ ਚਾਹੀਦੇ ਆ। ਬਹੁਤ ਅੱਛਾ, ਵੈਰੀ ਗੁੱਡ। ਅਤੇ ਕੀ ਤੁਸੀਂ ਸਕਿਨ ਨਾਲ ਸੰਬੰਧਿਤ ਕੁਛ ਸਮੱਸਿਆਵਾਂ ਵੀ ਸਾਡੇ ਨਾਲ ਸਾਂਝੀਆਂ ਕਰੋਗੇ ਕਿ ਸਕਿਨ ਫਟ ਜਾਂਦੀ ਹੈ, ਸਕਿਨ ਦੇ ਵਿੱਚ ਕਈ ਵਾਰੀ ਜਿਹੜੇ ਜਿਨ੍ਹਾਂ ਦਾ ਰੰਗ ਗੋਰਾ ਆ ਉਹਨਾਂ ਦੀ ਕੋਸ਼ਿਸ਼ ਹੈ ਕਿ ਉਸਨੂੰ ਟੈਨ ਕੀਤਾ ਜਾਵੇ, ਜਿਨ੍ਹਾਂ ਦੀ ਸਕਿਨ ਟੈਨ ਹੋਈ ਹੁੰਦੀ ਆ ਉਹ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਰੰਗ ਗੋਰਾ ਹੋਣਾ ਚਾਹੀਦਾ ਹੈ। ਇਹ ਇੱਕ ਮਾਨਸਿਕ ਜਿਹੜੀ ਖੁਆਹਿਸ਼ ਹੈ ਮਨੁੱਖਤਾ ਦੀ, ਇਹਦੇ ਨਾਲ ਸੰਬੰਧਿਤ ਵੀ ਕੁਛ ਕਰੋਗੇ ਸਾਡੇ ਨਾਲ ਸਾਂਝਾ? ਇਹ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ ਕਿ ਖੂਬਸੂਰਤੀ ਜਿਹੜੀ ਹੈ ਉਹਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ, ਕਿ ਸਾਡੇ ਚਿਹਰੇ ਦੀ ਖੂਬਸੂਰਤੀ ਵੀ ਹੋਵੇ, ਸਾਡੇ ਬਦਨ ਦੀ ਖੂਬਸੂਰਤੀ ਵੀ ਹੋਵੇ, ਸਾਡੇ ਸਰੀਰ ਔਰ ਵਿਚਾਰਾਂ ਦੀ ਖੂਬਸੂਰਤੀ ਵੀ ਹੋਵੇ। ਵਾਲਾਂ ਤੋਂ ਬਾਅਦ ਜੇ ਮੈਂ ਚਿਹਰੇ ਦੀ ਗੱਲ ਕਰਾਂ ਤਾਂ ਮੈਂ ਇਹ ਸੁਜੈਸਟ ਕਰਾਂਗਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿ ਆਓ ਅਸੀਂ ਅੱਜ ਤੋਂ ਪ੍ਰਣ ਕਰੀਏ ਕਿ ਸਾਰਾ ਕੁਛ ਸਾਡੇ ਕੋਲ, ਮੈਂ ਦੱਸ ਰਿਹਾ
ਜਿਹਨੂੰ ਇਹਦੇ ਤੋਂ ਫਾਇਦਾ ਨਾ ਹੋਵੇ ਮੈਨੂੰ ਜ਼ਰੂਰ ਮੇਰੇ ਨਾਲ ਗੱਲ ਵੀ ਕਰ ਲਏ ਕਿ ਕਿਸ ਤਰ੍ਹਾਂ ਫਾਇਦਾ ਨਹੀਂ ਹੁੰਦਾ ਕਿ ਚਿਹਰੇ ਦੇ ਉੱਤੇ ਸਾਡੀ ਕਮਿਊਨਿਟੀ ਦੇ ਵਿੱਚ ਟੈਨਿੰਗ ਵਾਲਾ ਨਹੀਂ ਹੈ, ਮੇਨ ਸਟ੍ਰੀਮ 'ਚ ਜਾਈਏ ਤਾਂ ਉਹਨਾਂ ਨੂੰ ਟੈਨਿੰਗ ਦੀ ਜ਼ਰੂਰਤ ਹੈ, ਉਹ ਵੀ ਸਾਡੇ ਕੋਲ ਹੈਗਾ ਕਿ ਚਿਹਰੇ ਨੂੰ ਟੈਨ ਕਿਵੇਂ ਕਰਨਾ ਹੈ ਜਾਂ ਕਣਕ ਬਿੰਨਾ ਕਿਵੇਂ ਬਣਾਉਣਾ, ਉਹ ਵੀ ਹੈਗਾ। ਲੇਕਿਨ ਸਾਡੇ ਕੋਲ ਇਹੀ ਜ਼ਰੂਰਤ ਰਹਿੰਦੀ ਹੈ ਕਿ ਇਹਨੂੰ ਗੋਰਾ ਕਿਵੇਂ ਕਰਨਾ, ਜਾਂ ਇਹ ਕਹੀਏ ਕਿ ਜੇ ਉਮਰਾਂ ਬੀਤਦੀਆਂ ਨੇ ਤਾਂ ਚੁੜੜੀਆਂ ਨੂੰ ਕਿਵੇਂ ਮੈਨੇਜ ਕਰਨਾ, ਜਾਂ ਯੰਗਰ ਜਨਰੇਸ਼ਨ ਜਿਉਂ ਹੀ ਅਜੇ ਪਿਊਬਰਟੀ ਤੋਂ ਬਾਅਦ ਅਜੇ ਟੀਨੇਜ ਐਂਟਰ ਕਰਦੇ ਹਾਂ ਅਤੇ ਹਾਰਮੋਨਲ ਸਟੋਰਮਿੰਗ ਕਰਕੇ ਸਾਡੇ ਕੋਲ ਐਕਨੇ ਨਿਕਲ ਆਉਂਦੇ ਆ, ਜਾਂ ਥਿੰਦੀ ਚਮੜੀ ਕਰਕੇ ਸਾਡੇ ਕੋਲ ਬਹੁਤ ਸਾਰੇ ਮੁਹਾਸੇ ਨਿਕਲ ਆਉਂਦੇ ਆ, ਪਿੰਪਲਸ ਨਿਕਲ ਆਉਂਦੇ ਆ, ਜਾਂ ਸਾਡੇ ਕੋਲ ਲਿਵਰ ਦੀ ਜਿਹੜੀ ਇੰਟੋਕਸੀਕੇਸ਼ਨ ਕਰਕੇ ਜਾਂ ਸਾਡਾ ਡਾਈਜੈਸਟਿਵ ਟ੍ਰੈਕ ਠੀਕ ਨਾ ਹੋਣ ਕਰਕੇ ਸਾਡੇ ਕੋਲ ਬਲੈਮਿਸ਼ਸ ਨਿਕਲ ਆਉਂਦੀਆਂ ਆ। ਬਹੁਤ ਵਾਰੀ ਸਾਨੂੰ ਈਵਨ ਜਿਹੜੀਆਂ ਅਲਟਰਾਵਾਇਲਟ ਰੇਸ ਸਾਡੇ ਕੋਲ ਸੂਰਜ ਤੋਂ ਆਉਂਦੀਆਂ, ਜਦੋਂ ਸਾਡੇ ਸਰੀਰ ਦੇ ਵਿੱਚ ਸਾਡੀ ਚਮੜੀ ਦੇ ਵਿੱਚ ਉਹੋ ਜਿਹੀ ਰੈਜ਼ਿਸਟੈਂਸ ਨਹੀਂ ਹੁੰਦੀ, ਉਹੋ ਜਿਹੀ ਅਸੀਂ ਸਾਡੇ ਕੋਲ ਇਮਿਊਨਿਟੀ ਨਹੀਂ ਹੈ, ਅਤੇ ਉਹ ਵੀ ਸਾਨੂੰ ਕੋਲ ਮਾੜਾ ਅਸਰ ਕਰਦੀਆਂ। ਸੋ ਉਹਦੇ ਵਾਸਤੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਤੁਸੀਂ ਆਪਣੇ ਚਿਹਰੇ ਦੀ ਖੂਬਸੂਰਤੀ ਤੁਸੀਂ ਆਪਣੇ ਘਰੋਂ ਕਿਵੇਂ ਕਰ ਸਕਦੇ ਹੋ। ਇਹਦੇ 'ਚ ਪਹਿਲੀ ਗੱਲ ਇਹ ਆ ਕਿ ਪਹਿਲੀਆਂ ਟੌਕਸ ਦੇ ਨਾਲ ਤੁਹਾਡੇ ਨਾਲ ਜ਼ਿਕਰ ਹੋਇਆ ਸੀ ਮੋਟਾਪੇ ਦਾ, ਹਾਂਜੀ, ਔਰ ਮੋਟਾਪੇ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਸੈਗਮੈਂਟ ਹੈ, ਮੈਂ ਉਹਦੇ 'ਚ 13 ਜਾਂ 15 ਚੀਜ਼ਾਂ ਵਾਲਾ ਫਾਰਮੂਲਾ ਦੱਸਿਆ, ਦਸਾਂ ਵਾਲਾ ਦੱਸਿਆ, ਲੇਕਿਨ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਕਿ ਬਾਡੀ ਨੂੰ ਡੀਟੋਕਸੀਫਾਈ ਕਿਵੇਂ ਕਰਨਾ, ਬਾਡੀ ਦਾ ਇਮਿਊਨ ਸਿਸਟਮ ਕਿਵੇਂ ਰੇਜ਼ ਕਰਨਾ, ਬਹੁਤ ਅੱਛਾ, ਜਾਂ ਬਾਡੀ ਦੇ ਵਿੱਚ ਰੈਜ਼ਿਸਟੈਂਸ ਕਿਵੇਂ ਪੈਦਾ ਕਰਨੀ ਆ, ਬਾਡੀ ਦੀ ਕਲੀਨਜ਼ਿੰਗ ਬੜਾ ਇੰਪੋਰਟੈਂਟ ਸੈਗਮੈਂਟ ਹੈ ਜੀ। ਪੁਰਾਤਨ ਸਮਿਆਂ ਦੇ ਵਿੱਚ ਇਹ ਜ਼ਿਕਰ ਹੋਇਆ ਕਰਦਾ ਸੀਗਾ ਕਿ ਅੰਨ ਦਾ ਤਿਆਗ ਕਰਨਾ, ਚਾਹੇ ਉਹ ਹਫ਼ਤੇ 'ਚ ਇੱਕ ਵਾਰੀ ਹੋਵੇ, ਚਾਹੇ ਉਹ ਮਹੀਨੇ 'ਚ ਇੱਕ ਵਾਰੀ ਹੋਵੇ, ਚਾਹੇ ਉਹ 6 ਮਹੀਨਿਆਂ 'ਚ ਇੱਕ ਵਾਰ ਹੋਵੇ, ਔਰ ਇਹਨੂੰ ਬਹੁਤ ਵਾਰੀ ਸਾਡੀ ਧਾਰਮਿਕ ਆਸਥਾ ਦੇ ਨਾਲ ਵੀ ਜੋੜ ਦਿੱਤਾ ਗਿਆ। ਪੁਰਾਣੇ ਜਿਹੜੇ ਲੋਕ ਸੀ ਉਹ ਜਦੋਂ ਕੋਈ ਚੀਜ਼ ਜਨ ਸਧਾਰਨ ਵਿੱਚ ਮਾਸਿਸ ਦੇ ਵਿੱਚ ਜਾਣੀ ਹੁੰਦੀ ਸੀ ਤੇ ਉਹਨੂੰ ਧਾਰਮਿਕ ਆਸਥਾ ਦੇ ਨਾਲ ਜੋੜ ਦਿੰਦੇ ਸੀ। ਜਿਵੇਂ ਸਾਡੇ ਸਮਾਜ ਦੇ ਵਿੱਚ ਵਰਤ ਰੱਖਣਾ ਇੱਕ ਧਾਰਮਿਕ ਆਸਥਾ ਦੇ ਨਾਲ ਜੋੜ ਦਿੱਤਾ ਗਿਆ ਜੀ। ਮੁਸਲਿਮ ਭਾਈਚਾਰੇ ਦੇ ਵਿੱਚ ਉਹਨੂੰ ਰੋਜ਼ਿਆਂ ਦੇ ਨਾਲ ਜੋੜ ਦਿੱਤਾ ਗਿਆ, ਹਾਂਜੀ, ਔਰ ਰੋਜ਼ੇ ਰੱਖਣੇ ਔਰ ਵਰਤ ਰੱਖਣੇ ਇਹ ਇੱਕ ਖਾਸ ਕਿਸਮ ਦੇ ਮੌਸਮ ਦੇ ਵਿੱਚ ਰੱਖਿਆ ਜਾਂਦਾ, ਔਰ ਇਹ ਇੱਕ ਬੜੀ ਬੜੀ ਵਿਡੰਬਨਾ ਹੈ ਕਿ ਜਦੋਂ ਵੀ ਰਿਤੂ ਸੰਧੀ ਹੁੰਦੀ ਹੈ ਇੱਕ ਮੌਸਮ ਦੂਸਰੇ ਮੌਸਮ ਦੇ ਵਿੱਚ ਜਾ ਕੇ ਸ਼ਾਮਲ ਹੁੰਦਾ ਹੈ ਉਸ ਵੇਲੇ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਉਂਦੀਆਂ। ਕਦੇ ਅਜ਼ਮਾ ਕੇ ਦੇਖ ਲਿਓ ਕਿ ਜਦੋਂ ਤੁਹਾਡਾ ਤੇਜ਼ਾਬੀ ਮਾਦਾ ਵਧਣਾ ਹੈ, ਜਦੋਂ ਤੁਹਾਡਾ ਹਾਜ਼ਮਾ ਪੂਰ ਹੋਣਾ ਹੈ, ਉਦੋਂ ਤੁਸੀਂ ਇੱਕ ਮੇਜਰ ਮੌਸਮ ਦੇ ਵਿੱਚੋਂ ਦੂਸਰੇ 'ਚ ਐਂਟਰ ਕਰ ਰਹੇ ਹੋ ਜੀ। ਇਹਨੂੰ ਅਸੀਂ ਰਿਤੂ ਸੰਧੀ ਕਹਿੰਦੇ ਹਾਂ ਕਿ ਦੋ ਮੌਸਮਾਂ ਦਾ, ਦੋ ਰਿਤੂਆਂ ਦਾ ਆਪਸ ਦੇ ਵਿੱਚ ਮੇਲ ਹੁੰਦਾ। ਜਦੋਂ ਮੇਲ ਹੁੰਦਾ ਹੈ ਬਾਡੀ ਨੇ ਉਸ ਸਰਦੀ ਦੇ ਮੌਸਮ ਨੂੰ ਅਜੇ ਗਰਮੀ ਦੇ ਜਾਣ ਲਈ ਤਿਆਰ ਨਹੀਂ ਹੁੰਦੀ, ਲੇਕਿਨ ਜਦੋਂ ਉਹਦੀ ਐਂਟਰੀ ਹੁੰਦੀ ਹੈ ਤੇ ਸਰੀਰ ਦੇ ਵਿੱਚ ਉਥਲ ਪੁਥਲ ਹੁੰਦੀ ਹੈ, ਸਰੀਰ ਦੇ ਵਿੱਚ ਸਟੋਰਮਿੰਗ ਹੁੰਦੀ ਹੈ ਜਿਹੜੀ ਬਹੁਤ ਸਾਰੀਆਂ ਟੈਂਪਰੇਰੀ ਪ੍ਰੋਬਲਮਸ ਨੂੰ ਇਨਵਾਈਟ ਕਰ ਲੈਂਦੀ ਹੈ, ਉਸ ਵੇਲੇ ਸਾਨੂੰ ਖਾਣ ਪਾਣ ਦੇ ਉੱਤੇ ਬਹੁਤ ਸਾਰੇ ਕੰਟਰੋਲ ਰੱਖਣੇ ਪੈਂਦੇ। ਰੋਜ਼ੇ ਦਾ ਮਤਲਬ 30-30 ਰੋਜ਼ੇ ਰੱਖਣੇ, ਰੋਜ਼ੇ ਦਾ ਮਤਲਬ ਸਾਰਾ ਦਿਨ ਤੁਸੀਂ ਭੁੱਖੇ ਰਹਿਣਾ, ਰਾਤ ਨੂੰ ਇੱਕ ਮੀਲ ਲੈਣਾ, ਜਾਂ ਵਰਤ ਰੱਖਣਾ ਜੀ ਇਹ ਮੰਗਲਵਾਰ ਦਾ ਵਰਤ ਹੈ, ਜੀ ਇਹ ਫਲਾਣੇ ਵਾਰ ਦਾ ਵਰਤ ਹੈ, ਉਹਦਾ ਮਤਲਬ ਹੈ ਕਿ ਸਰੀਰ ਨੂੰ ਰੈਸਟ ਦਿਓ। ਇਹੋ ਹੀ ਇੱਕ ਸਿਸਟਮ ਹੈ ਜਿਹਨੂੰ ਰੈਸਟ ਕੋਈ ਨਹੀਂ ਗੇ, ਇਹਦੇ 'ਚ ਅਸੀਂ ਪਾਉਂਦੇ ਰਹਿੰਦੇ ਹਾਂ, ਕੁਛ ਨਾ ਕੁਛ ਪਾਉਂਦੇ ਰਹਿੰਦੇ ਹਾਂ। ਸੋ ਇਹਦਾ ਇੱਕ ਹੁਣ ਮੈਂ ਦੱਸਣਾ ਇਹ ਚਾਹਾਂਗਾ ਕਿ ਜਿਹੜੇ ਮੋਟਾਪੇ ਵਾਸਤੇ ਪਹਿਲੀ ਗੱਲ ਹੈ ਕਿ ਜਿੰਨਾ ਪਤਲੇ ਹੋਣਾ,
ਜਿਨ੍ਹਾਂ ਨੇ ਕਲੀਨਜ਼ਿੰਗ ਕਰਨੀ ਆ, ਜਿਨ੍ਹਾਂ ਨੇ ਇਮਿਊਨ ਸਿਸਟਮ, ਕਿਸੇ ਵੀ ਬਿਮਾਰੀ ਦਾ ਇਲਾਜ ਕਰਨਾ, ਸਭ ਤੋਂ ਸੀਕਰੇਟ ਫੰਡਾ ਇਹ ਹੈ। ਜਿਵੇਂ ਤੁਸੀਂ ਦੱਸਿਆ ਕਿ ਅਸੀਂ ਉਹ ਬਿਮਾਰੀਆਂ ਕਰੋਨਿਕ ਜਾਂ ਬਹੁਤ ਸਾਰੀਆਂ ਦੂਸਰੇ ਸਿਸਟਮ 'ਚ ਇਨਕਿਊਰੇਬਲ ਆ, ਅਸੀਂ ਜਦੋਂ ਕਰਦੇ ਹਾਂ, ਸਾਡੇ ਕੋਲ ਰਾਜ਼ ਦੀ ਗੱਲ ਇਹ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਲੀਨਜ਼ਿੰਗ ਕਰਦੇ ਹਾਂ, ਡਿਟੋਕਸੀਫਾਈ ਕਰਦੇ ਹਾਂ, ਸਰੀਰ ਦੇ ਵਿੱਚ ਜਿੰਨਾ ਪੋਇਜ਼ਨ ਹੈ, ਜਿੰਨੇ ਟੌਕਸਿਨਸ ਹੈ, ਉਹਨਾਂ ਨੂੰ ਡਰੇਨ ਆਊਟ ਕਰਦੇ ਹਾਂ ਅਤੇ ਫਿਰ ਅਸੀਂ ਅੱਗੇ ਚੱਲਦੇ ਹਾਂ। ਇਹ ਕੋਈ ਸਾਡੇ ਕੋਲੋਂ ਇਲਾਜ ਕਰਾਉਂਦਾ ਹੈ ਜਾਂ ਨਹੀਂ ਕਰਾਉਂਦਾ, ਕਿਸੇ ਵੀ ਸਿਸਟਮ ਤੋਂ ਇਲਾਜ ਕਰਾਉਂਦਾ, ਲੇਕਿਨ ਬਾਡੀ ਕਲੀਨਜ਼ਿੰਗ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਬਾਡੀ ਕਲੀਨਜ਼ਿੰਗ ਕਿਵੇਂ ਕਰਨੀ ਹੈ, ਔਰ ਇਹ ਸਭ ਤੋਂ ਸੌਖਾ ਤਰੀਕਾ ਹੈ। ਔਰ ਖੁਦ ਹਰ ਹਿਊਮਨ ਬੀਂਗ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਬਾਡੀ ਦੀ ਕਲੀਨਜ਼ਿੰਗ ਕਿਵੇਂ ਕਰ ਸਕਦੇ ਨੇ। ਸੋ ਇਹਦੇ ਬਾਰੇ ਇਹ ਮੈਂ ਬੇਸਿਕ ਫੰਡਾਮੈਂਟਲ ਤੁਹਾਨੂੰ ਥਿਊਰੀ ਦੱਸ ਦਿੰਦਾ ਕਿ ਅਨਾਜ ਬੰਦ ਕਰ ਦਿਓ, ਮੋਟੇ ਤੋਂ ਪਤਲੇ ਹੋਣਾ, ਕਿਸੇ ਕਰੋਨਿਕ ਬਿਮਾਰੀ ਦਾ ਇਲਾਜ ਕਰਨਾ ਹੈ, ਚਾਹੇ ਉਹ ਤੁਹਾਡੇ ਲਿਵਰ ਨਾਲ ਸੰਬੰਧਿਤ ਹੈ, ਚਾਹੇ ਤੁਹਾਡੇ ਪੈਨਕ੍ਰੀਆਸ ਨਾਲ ਸੰਬੰਧਿਤ ਹੈ, ਚਾਹੇ ਤੁਹਾਡੇ ਫੇਫੜਿਆਂ ਨਾਲ ਸੰਬੰਧਿਤ ਹੈ, ਚਾਹੇ ਤੁਹਾਡੀ ਚਮੜੀ ਨਾਲ ਸੰਬੰਧਿਤ ਹੈ, ਚਾਹੇ ਤੁਸੀਂ ਔਲਾਦ ਪੈਦਾ ਕਰਨ ਦੇ ਕਾਬਲ ਨਹੀਂ ਹੈ, ਬਾਡੀ ਨੂੰ ਕਲੀਨਜ਼ਿੰਗ ਕਰਨੀ ਹੋਏਗੀ। ਕਿਉਂਕਿ ਉਹ ਭੁਲੇਖੇ ਦੇ ਵਿੱਚ ਅਣਗੌਲਿਆਂ ਬਹੁਤ ਸਾਰੀਆਂ ਟੌਕਸ ਦੇ ਵਿੱਚ ਮੈਂ ਜ਼ਿਕਰ ਕਰਦਾ ਰਿਹਾ ਕਿ ਕਿਸੇ ਨੇ ਜੀ ਨਸ਼ੇ ਲੈ ਲਏ, ਕਿਸੇ ਨੇ ਕੋਈ ਕੈਮੀਕਲਸ ਲੈ ਲਏ, ਕਿਸੇ ਨੇ ਵਾਧੂ ਖਾ ਲਿਆ, ਕਿਸੇ ਨੇ ਖਾਣ ਪੀਣ ਦੀਆਂ ਆਦਤਾਂ ਵਿਗੜੀਆਂ, ਉੱਥੋਂ ਅਸੀਂ ਸਾਰਾ ਕੁਛ ਆਪਣੇ ਅੰਦਰ ਜਿਹੜਾ ਮੈਲ ਇਕੱਠੀ ਕੀਤੀ ਆ, ਉਸ ਮੈਲ ਦੀ ਸਫਾਈ ਕਿਵੇਂ ਕਰਨੀ, ਉਹ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਅਨਾਜ ਬਿਲਕੁਲ ਬੰਦ ਕਰ ਦੇਣਾ। ਇੱਥੇ ਬੰਦ ਕਰਨ ਵਾਲੀਆਂ ਚੀਜ਼ਾਂ ਨਹੀਂ ਗਿਣਨੀਆਂ, ਸਭ ਕੁਛ ਬੰਦ ਆ, ਇੱਥੋਂ ਤੱਕ ਬੰਦ ਆ ਕਿ ਸਵਾਦ ਵੀ ਨਹੀਂ ਵੇਖਣਾ, ਟੱਚ ਵੀ ਨਹੀਂ ਕਰਨਾ ਜੀ, ਇੱਥੋਂ ਤੱਕ ਇਹਨੂੰ ਤੁਸੀਂ ਸੀਕਰੇਟ ਕਹਿ ਲਓ, ਇਹਨੂੰ ਤੁਸੀਂ ਮੰਤਰ ਕਹਿ ਲਓ, ਇਹਨੂੰ ਤੁਸੀਂ ਬਿਲੀਵ ਕਹਿ ਲਓ, ਕਿ ਟੱਚ ਵੀ ਨਹੀਂ ਕਰਨਾ, ਜ਼ਬਾਨ ਬਾਅਦ 'ਚ ਆਉਂਦੀ ਹੈ। ਉਹਦੇ ਵਿੱਚ ਸਿਰਫ ਤਿੰਨ ਚੀਜ਼ਾਂ ਖਾਣੀਆਂ ਅਤੇ ਪੀਣੀਆਂ ਅਲਾਊਡ ਨੇ, ਜੇ ਤੁਸੀਂ ਆਪਣੇ ਆਪ ਨੂੰ ਡੀਟੋਕਸੀਫਾਈ ਕਰਨਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਆਪ ਨੂੰ ਮੈਂ ਇਹ ਗੱਲ ਦਾਵਾ ਹੈਲਥ ਐਥਿਕਸ ਦੇ ਵਿੱਚ, ਮੈਡੀਕਲ ਐਥਿਕਸ ਕੋਈ ਲਫ਼ਜ਼ ਨਹੀਂ ਹੁੰਦਾ, ਪਰ ਇੱਥੇ ਮੈਂ ਵਰਤਣਾ ਚਾਹੁੰਦਾ ਹੈ ਕਿ ਜਿਹੜਾ ਵੀ ਅਗਰ ਚਿਲੀਆ ਕਰਨ 'ਤੇ 40 ਦਿਨਾਂ ਦੇ ਵਿੱਚ ਤੁਹਾਡਾ 5 ਕਿਲੋ ਤੋਂ 25 ਕਿਲੋ ਤੱਕ ਭਾਰ ਨਹੀਂ ਘਟਦਾ, ਤਾਂ ਮੇਰੇ ਨਾਲ ਗੱਲ ਕਰ ਲੈਣੀ, ਬੜਾ ਸੌਖਾ ਫੰਡਾ ਹੈ। ਸਭ ਤੋਂ ਸੌਖਾ ਕੰਮ ਇਹ ਹੈ, ਉਹ ਬਾਡੀ ਦੀ ਕਲੀਨਜ਼ਿੰਗ ਕਰ ਰਿਹਾ, ਕਿਉਂਕਿ ਮੈਂ ਚਮੜੀ 'ਤੇ ਆ ਰਿਹਾ, ਮੈਂ ਬਲੈਮਸ਼ਿਸ ਤੋਂ ਹੇਠਾਂ ਉਤਰ ਕੇ ਆਇਆ, ਉਹ ਇਹ ਹੈਗੀ ਆ ਕਿ ਸਿਰਫ ਅਤੇ ਸਿਰਫ ਤੁਸੀਂ ਦੁੱਧ ਪੀ ਸਕਦੇ ਹੋ 0% ਦਾ, ਜਾਂ ਵੱਧ ਤੋਂ ਵੱਧ 1% ਦਾ ਸਕਿਮਡ ਮਿਲਕ ਲੈਣਾ, ਭਾਵੇਂ 10 ਲੀਟਰ ਪੀ ਲਓ, ਇਹੋ ਹੀ ਇਕੱਲਾ ਫਾਰਮੂਲਾ ਜਿਹੜਾ ਅਸੀਂ ਵੱਧ ਤੋਂ ਵੱਧ ਖਵਾ ਕੇ ਅਤੇ ਵੱਧ ਤੋਂ ਵੱਧ ਭਾਰ ਘਟਾਉਂਦੇ ਹਾਂ। ਅਸੀਂ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਖਾਓ, ਜ਼ਿਆਦਾ ਵਾਰੀ ਖਾਓ, ਬਹੁਤਾ ਖਾਓ, ਲੇਕਿਨ ਜੋ ਦੱਸਿਆ ਉਹੀ ਖਾਓ, ਉਸ ਤੋਂ ਵੱਧ ਕੁਛ ਨਾ ਖਾਓ, ਭਾਰ ਨਹੀਂ ਘਟਦਾ, ਫਿਰ ਮੇਰੇ ਨਾਲ ਗੱਲ ਕਰੋ, ਕੋਈ ਪੈਸੇ ਨਹੀਂ ਲੱਗਣੇ, ਅਤੇ ਸਭ ਤੋਂ ਸੌਖਾ ਕੰਮ ਹੈ। ਕਿਸੇ ਵੀ ਤੁਹਾਨੂੰ ਕਿਤੇ ਹਾਂ ਜਿਮ ਜਾਣਾ, ਐਕਸਰਸਾਈਜ਼ ਕਰਨੀ ਬਹੁਤ ਵਧੀਆ ਕਰਨੀ ਚਾਹੀਦੀ ਹੈ, ਕਦੇ ਨਾ ਬੰਦ ਕਰੋ, ਲੇਕਿਨ ਇਹ ਸਭ ਤੋਂ ਸੌਖਾ ਭਾਰ ਘਟਾਉਣ ਦਾ, ਸਿਰਫ ਦੁੱਧ ਪੀਣਾ। ਦੂਸਰੇ ਨੰਬਰ 'ਤੇ ਕੋਈ 5 ਕਿਸਮ ਦੀਆਂ ਸਬਜ਼ੀਆਂ, ਔਰ ਇੱਕੇ ਜਿਹੇ ਪ੍ਰਪੋਰਸ਼ਨ 'ਚ ਹੋਣ, ਅਤੇ ਕੁਕਿੰਗ ਉਹਨਾਂ ਦੀ ਕੀ ਹੈ ਕਿ ਤੜਕਾ ਨਹੀਂ ਲੱਗਣਾ ਚਾਹੀਦਾ, ਉਹਨੂੰ ਤੁਸੀਂ ਸਟੀਮ ਕਰ ਸਕਦੇ ਹੋ, ਉਹਨੂੰ ਤੁਸੀਂ ਬੇਕ ਕਰ ਸਕਦੇ ਹੋ, ਉਹਦੇ ਤੁਸੀਂ ਸੈਲਡਸ ਬਣਾ ਸਕਦੇ ਹੋ, ਉਬਾਲ ਕੇ ਉਹਦਾ ਸੂਪ ਬਣਾ ਸਕਦੇ ਹੋ, ਉਹਦੇ 'ਚ ਕਾਲੀ ਮਿਰਚ, ਜ਼ੀਰਾ ਅਤੇ ਕਾਲਾ ਲੂਣ, ਆਹੀ ਵਰਤਣਾ, ਹੋਰ ਕੁਛ ਪਾਉਣਾ ਨਹੀਂ। ਸੈਲਡਸ ਦੇ ਉੱਤੇ ਤੁਸੀਂ ਨਿੰਬੂ ਵੀ ਨਿਚੋੜ ਸਕਦੇ ਹੋ। 5 ਕਿਸਮ ਦੀਆਂ ਸਬਜ਼ੀਆਂ ਦਾ ਇੱਕੋ ਜਿਹਾ ਪ੍ਰਪੋਰਸ਼ਨ ਲੈ ਕੇ, ਇਹ ਤੁਹਾਡਾ ਦੂਸਰਾ ਖਾਣਾ, ਪਹਿਲਾ ਖਾਣਾ ਤੁਹਾਡਾ ਦੁੱਧ, ਦੂਸਰਾ ਖਾਣਾ ਤੁਹਾਡੀਆਂ ਸਬਜ਼ੀਆਂ, ਉਹ ਵੀ 5 ਕਿਸਮ ਦੀਆਂ, ਜਿਹੜੀਆਂ ਵੀ ਬਾਜ਼ਾਰ 'ਚ ਅਵੇਲੇਬਲ ਹੈ, ਜਿਸ ਤਰ੍ਹਾਂ ਦੀਆਂ ਵੀ ਮਿਲਦੀਆਂ ਜੀ। ਲੂਣ ਤੁਹਾਡੇ ਸਬਜ਼ੀਆਂ ਤੋਂ ਪੂਰੇ ਹੋ ਗਏ, ਜਿਹੜੀ ਬਾਡੀ ਨੂੰ ਲਿਕੁਇਡ ਦੀ ਜ਼ਰੂਰਤ ਹੈ ਉਹ ਤੁਸੀਂ ਦੁੱਧ ਤੋਂ ਲੈ ਲਿਆ, ਦੁੱਧ ਤੋਂ ਲੈ ਲਿਆ, ਹੁਣ ਮਿੱਠੇ ਕਿੱਥੋਂ ਲੈਣੇ, ਕੋਈ 5 ਕਿਸਮ ਦੇ ਫਲ ਲੈ ਲਓ, ਲੇਕਿਨ ਇੱਕੋ ਜਿਹੇ ਲੈਣੇ, ਇਹ ਨਹੀਂ ਸਾਰੇ ਕੇਲੇ ਖਾ ਲੈਣੇ, ਇੱਕੋ ਜਿਹੇ ਲੈਣੇ ਆ, ਅਤੇ ਉਹ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਮੈਂ ਤਾਂ ਇਹ ਕਹਾਂਗਾ 10 ਕਿਲੋ ਖਾਓ,
ਜੇ ਖਾ ਸਕਦੇ ਹੋ ਥੋੜ੍ਹੀ ਜਿਹੀ ਹਿੰਮਤ ਆ ਖਾਣ ਦੀ ਤਾਂ ਤੁਸੀਂ ਖਾਓ। ਉਹ ਖਾ ਕੇ ਤੁਹਾਡਾ ਭਾਰ ਕਿਸ ਤਰ੍ਹਾਂ ਘਟਦਾ ਆ, ਇਹ ਇੱਕ ਰੋਜ਼ ਵੇਇੰਗ ਮਸ਼ੀਨ ਦੇ ਉੱਤੇ ਚਾਰਟ ਲਾ ਕੇ ਰੱਖੋ, ਹਰ ਤੀਸਰੇ ਦਿਨ ਅੰਡਰ ਸੇਮ ਕੰਡੀਸ਼ਨ ਆਪਣਾ ਵੇਟ ਕਰਨਾ। ਅਵੇਲੇਬਲ ਫਰੂਟਸ, ਐਨੀ ਅਵੇਲੇਬਲ ਫਰੂਟ ਐਂਡ ਐਨੀ ਅਦਰ ਫਰੂਟ ਟੂ ਯੂਅਰ ਚੋਇਸ, ਰਾਈਟ, ਤੁਸੀਂ ਲੈ ਸਕਦੇ ਹੋ। ਔਰ ਇਸ ਤੋਂ ਇਲਾਵਾ ਮੈਂ ਫਿਰ ਦੁਹਰਾਵਾਂ ਕਿ ਕਿਸੇ ਚੀਜ਼ ਦਾ ਸਵਾਦ ਨਹੀਂ ਦੇਖਣਾ, ਅਗਰ ਉਹ ਕਰ ਲਿਆ ਤਾਂ ਇਹ ਇੱਕ ਟੂਣਾ ਮੰਨ ਲਓ ਕਿ ਇਹ ਸਪੋਇਲ ਹੋ ਗਿਆ ਸਾਰਾ ਕੁਝ, ਕਿਉਂਕਿ ਤਸੀਰ ਨੂੰ ਨਹੀਂ ਅਸੀਂ ਸਮਝਦੇ। ਚੌਲਾਂ ਦਾ ਇੱਕ ਚਮਚ ਲਿਆ, ਤੁਸੀਂ ਕਹੋ ਜੀ ਇੱਕ ਚਮਚ ਨੇ ਕੀ ਕਰ ਦੇਣਾ, ਉਹਦੇ 'ਚ 10 ਕੈਲੋਰੀਜ਼ ਨੇ, ਪਰ ਤਸੀਰ ਜਿਹੜੀ ਆ ਉਹ ਆਪਣਾ ਕੰਮ ਕਰ ਗਈ। ਇਸ ਕਰਕੇ ਦੁੱਧ ਜਿੰਨਾ ਮਰਜ਼ੀ ਪੀਓ, 5 ਸਬਜ਼ੀਆਂ 5 ਫਲ, 21 ਦਿਨ ਘੱਟੋ ਘੱਟ ਅਤੇ 40 ਦਿਨ ਵੱਧ ਤੋਂ ਵੱਧ ਚਿਲੀਆ ਅਗਰ ਤੁਸੀਂ ਕਰ ਲਓ ਤਾਂ ਮੈਂ ਸਮਝਣਾ ਕਿ ਬਾਡੀ ਦੀ ਰੀਜੁਵਨੇਸ਼ਨ ਹੋ ਜਾਏਗੀ, ਬਾਡੀ ਦੀ ਕਲਿਨਜ਼ਿੰਗ ਹੋ ਜਾਏਗੀ, ਬਾਡੀ ਦਾ ਓਵਰਆਲ ਹੋ ਗਿਆ। ਅਸੀਂ ਗੱਡੀ ਦਾ ਕਰਾਉਂਦੇ ਹਾਂ ਕਿਉਂਕਿ 10 ਲੱਖ ਦੀ ਖਰੀਦੀ, 5 ਲੱਖ ਦੀ ਖਰੀਦੀ, ਉਹਦਾ ਅਸੀਂ ਸਰਵਿਸ ਕਰਾਉਂਦੇ ਹਾਂ, ਸਕੂਟਰ ਦੀ ਵੀ ਕਰਾਉਂਦੇ ਹਾਂ, ਬਾਡੀ ਦੀ ਸਰਵਿਸ ਕਦੇ ਨਹੀਂ ਕਰਦੇ। ਸੋ ਇਹ ਬਾਡੀ ਦੀ ਸਰਵਿਸ ਮੈਂ ਇਹ ਚਾਹਾਂਗਾ ਕਿ ਹਰ 6 ਮਹੀਨੇ ਬਾਅਦ ਕਰੋ। ਡਾਕਟਰ ਸਾਹਿਬ ਤੁਹਾਡੀ ਇਸ ਗੱਲ ਤੋਂ ਅਸੀਂ ਬੜੇ ਪ੍ਰਭਾਵਿਤ ਹੋਏ ਹਾਂ ਕਿ ਜਿਹੜੇ ਵਰਤ ਚੱਲਦੇ ਸੀ, ਚਾਹੇ ਨਵਰਾਤਰਿਆਂ ਦੀ ਗੱਲ ਕਰ ਲਈਏ, ਚਾਹੇ ਰੋਜ਼ਿਆਂ ਦੀ ਗੱਲ ਕਰ ਲਈਏ, ਇਹ ਰਿਤੂ ਸੰਧੀ ਦਾ ਸਮਾਂ ਹੀ ਹੁੰਦਾ ਹੈ। ਔਰ ਉਹਦੇ ਵਿੱਚ ਬਿਲਕੁਲ ਇਹ ਨਹੀਂ ਹੈ ਕਿ ਕੁਝ ਵੀ ਖਾਣਾ ਨਹੀਂ ਹੈ, ਸਪੈਸੀਫਿਕ ਫੂਡ ਹੈ ਜਿਹੜਾ ਲਿਆ ਜਾਣਾ ਹੈ, ਔਰ ਕਿੰਨੇ ਸਮੇਂ ਦੇ ਵਿੱਚ ਕਿੰਨਾ ਫੂਡ ਲਿਆ ਜਾਣਾ ਹੈ, ਇਹ ਸਾਰੀਆਂ ਧਾਰਨਾਵਾਂ ਸਾਡੇ ਕੋਲ ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ। ਔਰ ਸਮਝ ਆਉਂਦੀ ਹੈ ਕਿ ਇਹਨਾਂ ਦਾ ਸੰਬੰਧ ਕਿਸ ਚੀਜ਼ ਦੇ ਨਾਲ ਹੈ ਕਿ ਇੱਕ ਰੁੱਤ ਤੋਂ ਦੂਸਰੀ ਰੁੱਤ ਵਿੱਚ ਜਾ ਰਹੇ ਹਾਂ ਤਾਂ ਸਰੀਰ ਦੇ ਅੰਦਰ ਜੋ ਕੁਛ ਵੀ ਮੰਦਾ ਜਮ੍ਹਾਂ ਹੋ ਗਿਆ ਆ ਉਸ ਦੀ ਸਫਾਈ ਹੋਣੀ ਚਾਹੀਦੀ ਹੈ, ਉਸ ਦੀ ਕਲੀਨਜ਼ਿੰਗ ਹੋਣੀ ਚਾਹੀਦੀ ਹੈ। ਪਰ ਇਹ ਸਾਰੀ ਕਲੀਨਜ਼ਿੰਗ ਜਿਹੜੀ ਹੈ ਤੁਸੀਂ ਦੱਸਿਆ ਹੈ ਕਿ ਇਹ ਸਰੀਰ ਵਾਸਤੇ ਬਹੁਤ ਅੱਛੀ ਹੈ, ਮੋਟਾਪੇ ਨੂੰ ਦੂਰ ਕਰਦੀ ਹੈ। ਮੇਰੀ ਧਾਰਨਾ ਇਹ ਵੀ ਹੈ ਕਿ ਖੂਬਸੂਰਤੀ ਸਿਰਫ ਚਿਹਰੇ ਦੀ ਨਹੀਂ ਹੈ, ਖੂਬਸੂਰਤੀ ਤਾਂ ਸਰੀਰ ਦੀ ਵੀ ਹੈ, ਬਾਡੀ ਦੀ ਵੀ ਹੈ, ਵਿਚਾਰਾਂ ਦੀ ਵੀ ਹੈ, ਜਿਵੇਂ ਕਿ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਹੈ। ਲੇਕਿਨ ਇਹ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਕਿ ਇਸ ਕਲੈਂਜ਼ਿੰਗ ਦੇ ਨਾਲ ਜਿਵੇਂ ਤੁਸੀਂ ਕਿਹਾ ਹੈ ਕਿ ਚਿਹਰੇ ਦੇ ਉੱਤੇ ਖੂਬਸੂਰਤੀ ਦੇ ਵਿੱਚ ਵਾਧਾ ਹੁੰਦਾ ਹੈ, ਉਹ ਕਿਵੇਂ ਵਾਧਾ ਹੁੰਦਾ ਹੈ, ਕਿਵੇਂ ਬਲੈਮਿਸ਼ਿਸ ਦੇ ਉੱਤੇ ਇਸ ਦਾ ਅਸਰ ਪੈਂਦਾ ਹੈ, ਕਿਵੇਂ ਪਿੰਪਲਸ ਜਿਹੜੇ ਆ ਜਾਂਦੇ ਨੇ ਜਿਹੜੇ ਕਿ ਸਾਡੀਆਂ ਬੱਚੀਆਂ ਨੂੰ ਬਹੁਤ ਹੀ ਪਰੇਸ਼ਾਨ ਕਰਦੇ ਨੇ, ਉਹਦੇ 'ਤੇ ਕਿਵੇਂ ਇਹਦਾ ਅਸਰ ਚੰਗੇ ਢੰਗ ਦੇ ਨਾਲ ਪੈਂਦਾ ਹੈ, ਇਹ ਵੀ ਕਾਇੰਡਲੀ ਤੁਸੀਂ ਦੱਸੋ। ਉਹ ਵੀ ਮੈਜੀਕਲ ਹੈ, ਉਹ ਵੀ ਮਿਰੈਕਲਸ ਹੈ, ਔਰ ਉਹ ਵੀ ਬਿਲਕੁਲ ਤੁਹਾਡੀ ਆਰਮਸ ਡਿਸਟੈਂਸ 'ਤੇ ਪਿਆ ਸਾਰਾ ਕੁਛ, ਕਿਤੇ ਉਹਦੇ 'ਤੇ ਪੈਸਾ ਨਹੀਂ ਲੱਗਣਾ ਤੁਹਾਡੀ ਰਸੋਈ 'ਚ, ਰੋਜ਼ ਤੁਸੀਂ ਵਰਤੋਂ ਕਰਦੇ ਹੋ ਇਹਨਾਂ ਚੀਜ਼ਾਂ ਦੀ। ਉਹਦੇ 'ਚ ਕੀ ਹੈ ਕਿ ਤੁਸੀਂ ਇੱਕ ਚਮਚ ਹਲਦੀ, ਹਲਦੀ ਵਧੀਆ ਹੋਣੀ ਚਾਹੀਦੀ ਹੈ, ਉਹਦੇ 'ਚ ਅਡਲਟਰੇਸ਼ਨ ਨਾ ਹੋਵੇ, ਹਲਦੀ ਹਾਂਜੀ, 2 ਚਮਚ ਮੱਖਣ, ਜਾਂ ਅਸੀਂ ਇਹ ਕਹੀਏ ਕਿ 1 ਚਮਚ ਹਲਦੀ, 1/2 ਚਮਚ ਮੱਖਣ, ਜਿੰਨੀ ਹਲਦੀ ਹੈ, ਜਿੰਨਾ ਮੱਖਣ ਹੈ ਉਸ ਤੋਂ ਅੱਧੀ ਹਲਦੀ, ਪ੍ਰੋਪੋਰਸ਼ਨ ਇੰਜ ਹੋਣਾ ਚਾਹੀਦਾ, 1 ਚਮਚ ਮੱਖਣ, 1/2 ਚਮਚ ਹਲਦੀ, ਔਰ ਉਹਦੇ 'ਚ ਵਿਟਾਮਿਨ ਈ ਦੇ ਕੈਪਸੂਲਸ ਪਾ ਲੈਣੇ ਚਾਹੀਦੇ ਆ, ਉਹ ਅਸੀਂ ਐਡੀਸ਼ਨ ਕੀਤੀ ਹੈ ਜਿਹੜੀ ਕਿ ਬੇਸ਼ੱਕ ਸਿੰਥੈਟਿਕ ਹੈ, ਨਹੀਂ ਤਾਂ ਅਦਰਵਾਈਜ਼ ਫਿਰ ਅਸੀਂ ਸ਼ਹਿਦ ਪਾਉਣ ਨੂੰ ਕਹਾਂਗੇ ਜਾਂ ਹੋਰ ਇਹੋ ਜਿਹੇ ਮੋਇਸਚਰਾਈਜ਼ਰ ਪਾਉਣ ਨੂੰ ਕਹਾਂਗੇ। ਇਹ ਚੀਜ਼ ਸਾਡੇ ਕੋਲ ਅਵੇਲੇਬਲ ਹੈ, ਲੇਕਿਨ ਬੜਾ ਅੱਛਾ ਕੰਮ ਕਰਦੀ ਹੈ। ਇਹਨੂੰ ਮੈਸ਼ ਕਰ ਲੈਣਾ, ਮੈਸ਼ ਕਰਕੇ ਇਹਨੂੰ ਬਣਾਉਣ ਤੋਂ 2 ਦਿਨ ਤੋਂ ਵੱਧ ਨਹੀਂ ਰੱਖਣਾ, ਕਿਉਂਕਿ ਇਹਦਾ ਫਿਰ ਪੀ ਐੱਚ ਲੈਵਲ ਵਿਗੜ ਜਾਂਦਾ, ਖੱਟਾ ਹੋ ਜਾਂਦਾ। ਦੂਸਰੇ ਦਿਨ ਨਵਾਂ ਬਣਾ ਲਓ, ਬਣਾ ਕੇ ਰੱਖ ਲਓ। ਚਿਹਰੇ ਦੀ ਸਫਾਈ ਬੜੀ ਜ਼ਰੂਰੀ ਹੈ ਕਿਉਂਕਿ ਪੋਰਸ ਨੰਗੀਆਂ ਕਰਨੀਆਂ ਪੈਣੀਆਂ। ਹਾਂਜੀ, ਪਹਿਲਾਂ ਤਰੀਕਾ ਹੁੰਦਾ ਸੀ ਸਟੀਮ ਲੈ ਕੇ ਤੁਸੀਂ ਚਿਹਰੇ ਦੇ ਪੋਰਸ ਜਿਹੜੀਆਂ ਓਪਨ ਕਰ ਲੈਂਦੇ ਹੋ, ਪਰ ਮੈਂ ਇਹ ਕਹਾਂਗਾ ਕਿ ਤੁਸੀਂ 1 ਚਮਚ ਨਿੰਬੂ ਦਾ ਰਸ ਲੈ ਲਓ, 1 ਚਮਚ ਗੁਲਾਬ ਜਲ, ਗੁਲਾਬ ਦਾ ਅਰਕ ਵੀ ਕਹਿ ਦਿੰਦੇ ਹੋ, ਉਹਨੂੰ ਲੈ ਲਓ। ਜੇ ਕਿਤੇ ਤੁਹਾਡਾ ਚਿਹਰਾ ਬਹੁਤ ਜ਼ਿਆਦਾ ਖੁਸ਼ਕ ਹੈ,
ਬਹੁਤ ਜ਼ਿਆਦਾ ਰਿਐਕਟਿਵ ਆ, ਅਤੇ ਫਿਰ ਨਿੰਬੂ ਦਾ ਰਸ ਨਾ ਲਓ, ਇਕੱਲੇ ਗੁਲਾਬ ਜਲ ਦੇ ਨਾਲ ਚਿਹਰੇ ਦੀ ਚੰਗੇ ਤਰੀਕੇ ਦੇ ਨਾਲ ਸਫਾਈ ਕਰਕੇ ਪੋਰਸ ਨੰਗੀਆਂ ਕਰ ਲਓ ਬਿਲਕੁਲ, ਖਾਸ ਕਰਕੇ ਜਿੱਥੇ ਕਿਤੇ ਬਲੈਮਿਸ਼ਿਸ ਨੇ, ਜਿੱਥੇ ਕਿਤੇ ਤੁਹਾਡੀਆਂ ਪਿਗਮੈਂਟੇਸ਼ਨ ਨੇ, ਚਾਹੇ ਉਹ ਬਲੈਕ ਆ ਚਾਹੇ ਉਹ ਵਾਈਟ ਨੇ, ਉਹ ਸਾਰਾ ਏਰੀਆ ਚੰਗੀ ਤਰ੍ਹਾਂ ਸਾਫ਼ ਕਰ ਲਓ। ਉਸ ਤੋਂ ਬਾਅਦ ਉਹ ਜਿਹੜਾ ਇੱਕ ਚਮਚ ਮੱਖਣ, ਅੱਧਾ ਚਮਚ ਹਲਦੀ, ਦੋ ਵਿਟਾਮਿਨ ਈ ਦੇ ਕੈਪ ਜੈਲ ਪਾ ਕੇ ਅਸੀਂ ਜਿਹੜੀ ਕਰੀਮ ਬਣਾਈ ਹੈ ਉਹਦੀ 10 ਮਿੰਟ ਵਾਸਤੇ ਮਸਾਜ ਸਵੇਰੇ ਕਰੋ, 10 ਮਿੰਟ ਵਾਸਤੇ ਸ਼ਾਮ ਨੂੰ ਕਰੋ, ਤੀਸਰੇ ਦਿਨ ਜੀ ਤੁਹਾਡੇ ਕੋਲ ਸਾਹਮਣੇ ਕੈਸ਼ ਰਿਜ਼ਲਟ ਪਏ ਨੇ। ਔਰ ਉਹ ਰਿਜ਼ਲਟ ਇੰਨੇ ਹੈਲਦੀ ਨੇ ਕਿ ਜਿੱਥੇ ਉਹ ਤੁਹਾਡੀ ਸਕਿਨ ਦੀ ਆਉਣ ਵਾਲੇ ਸਮਿਆਂ ਦੇ ਵਿੱਚ ਉਮਰ ਵਧਾਉਣਗੇ। ਜੇ ਕਿਤੇ ਤੁਹਾਨੂੰ ਰਿੰਕਲਸ ਪਈਆਂ ਨੇ, ਉੱਥੇ ਮਸਾਜ ਪਰਟੀਕੁਲਰ ਟੈਕਨੀਕਸ ਹੁੰਦੀਆਂ ਨੇ, ਪਰਟੀਕੁਲਰ ਮਸਲ ਦੇ ਸਟਰਕਚਰ ਦੇ ਮੁਤਾਬਿਕ ਟੈਕਨੀਕਸ ਹੁੰਦੀਆਂ ਨੇ, ਉਹ ਕਰਕੇ ਮਸਾਜ ਕਰਨੀ ਚਾਹੀਦੀ ਹੈ। ਜੇ ਕਿਤੇ ਸਖਤ ਲੱਗੇ ਤਾਂ ਥੋੜ੍ਹਾ ਦੁੱਧ ਲਾ ਕੇ ਨਰਮ ਕਰ ਲੈਣਾ ਚਾਹੀਦਾ। ਸੋ ਇਹ 10 ਮਿੰਟ ਮਸਾਜ ਕਰਕੇ ਗਰਮ ਪਾਣੀ ਦੇ ਨਾਲ ਬਾਅਦ ਚਿਹਰਾ ਸਾਫ਼ ਕਰ ਲਓ, ਕਿਉਂਕਿ ਹਲਦੀ ਹੈ। ਰੋਜ਼ ਇੱਕ ਵਾਰ ਮਸਾਜ ਕਰਨੀ ਜ਼ਰੂਰੀ ਹੈ? ਇੱਕ ਵਾਰ ਜ਼ਰੂਰੀ ਹੈ, ਦੋ ਵਾਰ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ। ਮੇਰਾ ਖਿਆਲ ਹੈ ਹਫ਼ਤੇ 'ਚ ਤੁਹਾਨੂੰ ਰਿਜ਼ਲਟ ਮਿਲ ਜਾਣਗੇ, ਫਿਰ ਉਸ ਤੋਂ ਬਾਅਦ ਤੁਸੀਂ ਇਹ ਸੋਚੋਗੇ ਕਿ ਇੱਕ ਮਹੀਨੇ ਦੇ ਵਿੱਚ ਇੱਕ ਹਫ਼ਤਾ ਇਸ ਕੰਮ ਨਾਲ ਲਾ ਲਓ। ਉਸ ਤੋਂ ਬਾਅਦ ਕਿਸੇ ਕੈਮੀਕਲ ਦੀ ਜ਼ਰੂਰਤ ਨਹੀਂ, ਕਿਸੇ ਖੂਬਸੂਰਤੀ ਦੀ ਦੁਕਾਨ 'ਤੇ ਜਾਣ ਦੀ ਜ਼ਰੂਰਤ ਨਹੀਂ, ਕਿਤੇ ਜਾ ਕੇ ਜਿਹੜੇ ਅਨਐਥੀਕਲ ਕੰਮ ਨੇ ਚਿਹਰੇ ਦੇ ਉੱਤੇ ਅਸੀਂ ਕਰਦੇ ਹਾਂ ਉਹਨਾਂ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਆਪਣੇ ਆਪ ਮਹਿਸੂਸ ਹੋਣਾ ਸ਼ੁਰੂ ਹੋਏਗਾ। ਮੰਨਣਾ ਤਾਂ ਸਾਨੂੰ ਇਹ ਚਾਹੀਦਾ ਹੈ ਕਿ ਜੋ ਕੁਝ ਵੀ ਕੁਦਰਤ ਨੇ ਬਖਸ਼ਿਆ ਹੈ ਇਹ ਉਸਦੀ ਅਣਮੁੱਲੀ ਦਾਤ ਹੈ। ਇਹਦੇ ਨਾਲ ਬਹੁਤੀਆਂ ਛੇੜਛਾੜਾਂ ਕਰਨੀਆਂ ਜਿਹੜੀਆਂ ਨੇ ਉਹ ਤਬਾਹੀ ਦੇ ਰਸਤੇ 'ਤੇ ਹੀ ਲੈ ਜਾਂਦੀਆਂ ਨੇ, ਪਰ ਫਿਰ ਵੀ ਕਿਉਂਕਿ ਅਸੀਂ ਮਨੁੱਖ ਹਾਂ, ਮਨੁੱਖ ਗਲਤੀਆਂ ਦਾ ਪੁਤਲਾ ਹੈ, ਔਰ ਉਹ ਜੋ ਆਪਣੇ ਵੱਲੋਂ ਸੋਚ ਕੇ ਕਿ ਉਹਨੂੰ ਲੱਗਦਾ ਹੈ ਕਿ ਬਿਹਤਰੀਨ ਕਰਨ ਜਾ ਰਿਹਾ ਹੈ, ਉਹ ਵੱਖ ਵੱਖ ਥਾਵਾਂ 'ਤੇ ਭਟਕਦਾ ਹੈ, ਆਪਣੇ ਆਪ ਨੂੰ ਹੋਰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਵਿੱਚ ਪੈਸੇ ਖਰਚੇ ਵੀ ਜਾਂਦੇ ਨੇ। ਪਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਸਾਡੇ ਕੋਲ ਤਾਂ ਘਰ ਦੇ ਵਿੱਚ, ਰਸੋਈ ਦੇ ਵਿੱਚ, ਆਲੇ ਦੁਆਲੇ ਦੇ ਵਿੱਚ ਉਹ ਚੀਜ਼ਾਂ ਪਈਆਂ ਹੋਈਆਂ ਨੇ ਜਿਨ੍ਹਾਂ ਦੀ ਵਰਤੋਂ ਦੇ ਨਾਲ ਅਸੀਂ ਆਪ ਹੀ ਖੂਬਸੂਰਤੀ ਦੇ ਵਿੱਚ ਵਾਧਾ ਕਰ ਸਕਦੇ ਹਾਂ। ਮੈਂ ਸਮਝਦੀ ਹਾਂ ਕਿ ਮੇਰੀਆਂ ਭੈਣਾਂ, ਮੇਰੀਆਂ ਬੱਚੀਆਂ ਇਸ ਗੱਲ ਵੱਲ ਉਚੇਚਾ ਧਿਆਨ ਦੇਣਗੀਆਂ ਕਿ ਕੈਮੀਕਲਸ ਦੀ ਥਾਂ 'ਤੇ ਕੁਦਰਤੀ ਵਸਤਾਂ ਜੋ ਕੁਦਰਤ ਨੇ ਦਿੱਤੀਆਂ ਹੋਈਆਂ ਨੇ ਔਰ ਸਦੀਆਂ ਤੋਂ ਅਸੀਂ ਉਹਨਾਂ ਦੀ ਵਰਤੋਂ ਕਰਦੇ ਚੱਲੇ ਆ ਰਹੇ ਹਾਂ। ਜਿਵੇਂ ਕਿ ਬਿਗਨਿੰਗ ਦੇ ਵਿੱਚ ਜ਼ਿਕਰ ਆਇਆ ਹੈ ਕਿ ਵਟਣਾ ਮਲਿਆ ਜਾਂਦਾ ਸੀਗਾ, ਵਟਣੇ ਦੇ ਵਿੱਚ ਹਲਦੀ ਜਾਂ ਥੋੜ੍ਹਾ ਜਿਹਾ ਸਰਸੋਂ ਦਾ ਤੇਲ ਜਾਂ ਪਾ ਕੇ ਜੋ ਤਿਆਰ ਕੀਤਾ ਜਾਂਦਾ ਸੀ, ਉਸ ਤੋਂ ਵੱਧ ਕੇ ਸਫਾਈ ਸ਼ਾਇਦ ਹੀ ਕੋਈ ਹੋਰ ਚੀਜ਼ ਕਰ ਸਕਦੀ ਹੋਵੇ, ਕੋਈ ਵੀ ਕੈਮੀਕਲ ਨਹੀਂ ਕਰ ਸਕਦਾ। ਜੋ ਸਫਾਈ ਉੱਥੋਂ ਹੁੰਦੀ ਸੀ, ਜੋ ਖੂਬਸੂਰਤੀ ਦੇ ਵਿੱਚ ਵਾਧਾ ਉੱਥੋਂ ਆਉਂਦਾ ਸੀ, ਜੋ ਮੁਲਾਇਮੀਅਤ ਜਿਹੜੀ ਹੈ ਸਕਿਨ ਦੀ ਉੱਥੋਂ ਪ੍ਰਾਪਤ ਹੁੰਦੀ ਸੀ। ਸੋ ਇਹ ਸਾਰਾ ਕੁਝ ਸਾਨੂੰ ਦੱਸਿਆ ਤੁਸੀਂ, ਪਰ ਇਸ ਤੋਂ ਵੀ ਅੱਗੇ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੇ, ਖਾਸ ਕਰਕੇ ਐਕਨੇ ਤੁਸੀਂ ਕਿਹਾ ਹੈ ਜਿਸ ਦੇ ਨਾਲ ਪਿੰਪਲਸ ਜਿਹੜੇ ਆ ਜਾਂਦੇ ਨੇ ਔਰ ਇੱਕ ਕਹਿ ਲਓ ਕਿ ਗ੍ਰਹਿਣ ਲੱਗ ਜਾਂਦਾ ਹੈ ਚਿਹਰੇ ਦੇ ਉੱਤੇ, ਖੂਬਸੂਰਤ ਚੰਨ ਵਰਗੇ ਚਿਹਰੇ ਦੇ ਉੱਤੇ ਬੱਚਿਆਂ ਦੇ, ਉਹਦੇ ਬਾਰੇ ਵੀ ਕੁਝ ਦੱਸੋ ਜੀ। ਬੜਾ ਮੌਕੇ 'ਤੇ ਤੁਸੀਂ ਇਹ ਜਿਹੜਾ ਨੁਕਤਾ ਉਠਾਇਆ ਹੈ ਕਿ ਚਿਹਰੇ 'ਤੇ ਇੱਕ ਤਾਂ ਜਦੋਂ ਹਾਰਮੋਨਲ ਸਟੋਰਮਿੰਗ ਹੁੰਦੀ ਹੈ ਬਾਡੀ ਦੇ ਵਿੱਚ, ਪਰਟੀਕੁਲਰਲੀ ਟੀਨੇਜ 'ਚ ਜ਼ਿਆਦਾ ਹੁੰਦੀ ਆ, ਉਸ ਵੇਲੇ ਐਕਨੇ ਬਾਹਰ ਆ ਜਾਂਦੇ ਆ। ਔਰ ਦੂਸਰਾ, ਅਸੀਂ ਬਹੁਤ ਵਾਰੀ ਖੱਟੇ ਮਿੱਠੇ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ, ਪਰਟੀਕੁਲਰਲੀ ਮੈਂ ਲੜਕੀਆਂ ਦੀ ਗੱਲ ਕਰਾਂਗਾ, ਉਸ ਵੇਲੇ ਐਕਨੇ ਬਹੁਤ ਬੁਰੀ ਤਰ੍ਹਾਂ ਬਾਹਰ ਆਉਂਦੇ ਆ। ਔਰ ਜਦੋਂ ਓਇਲੀ ਸਕਿਨ ਹੋਵੇ ਤਾਂ ਫਿਰ ਇਹ ਹੋਰ ਜ਼ਿਆਦਾ ਪਰੇਸ਼ਾਨ ਕਰਦੇ ਆ। ਸੋ ਇੱਥੇ ਮੈਂ ਇਹ ਜ਼ਿਕਰ ਕਰਾਂਗਾ ਕਿ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਸਾਨੂੰ ਓਇੰਟਮੈਂਟਸ ਮਿਲਦੀਆਂ, ਕਰੀਮਸ ਮਿਲਦੀਆਂ ਕਿ ਐਕਨੇ ਹੋ ਗਏ ਆ, ਤੁਸੀਂ ਉਹਨਾਂ ਨੂੰ ਬਿਠਾਉਣਾ ਹੈ। ਮੈਂ ਇੱਕ ਛੋਟੀ ਜਿਹੀ ਚੀਜ਼ ਦੱਸ ਦਿੰਦਾ ਹਾਂ, ਜਾਇਫਲ ਦਾ ਅਕਸਰ ਮੈਂ ਜ਼ਿਕਰ ਕਰਦਾ ਰਹਿਣਾ ਹੈ ਕਿ ਉਹ ਸਾਡੀ ਲੂਣਦਾਨੀ ਦਾ ਸ਼ਿੰਗਾਰ ਆ, ਮੁਕਟ ਹੈ, ਇੱਕ ਹੀ ਬੜਾ ਹੁੰਦਾ ਹੈ।
ਉਹ ਜਾਇਫਲ ਨੂੰ ਤੁਸੀਂ ਪੱਥਰ ਦੇ ਉੱਤੇ ਕਿਸੇ ਚੀਜ਼ ਦੇ ਉੱਤੇ ਰਗੜ ਕੇ ਰਾਤ ਨੂੰ ਸੌਣ ਲੱਗਿਆਂ ਜਿੱਥੇ ਜਿੱਥੇ ਐਕਨੇ ਹੋਇਆ ਹੈ, ਜਿੱਥੇ ਜਿੱਥੇ ਮੁਹਾਂਸੇ ਨਿਕਲੇ ਆ, ਕਿੱਲ ਨਿਕਲੇ ਆ, ਉਹਦੇ ਉੱਤੇ ਲਾ ਦਿਓ, ਸਵੇਰ ਨੂੰ ਬੈਠ ਜਾਣਗੇ। ਇਹਦੇ ਨਾਲੋਂ ਵਧੀਆ ਕੋਈ ਕਰੀਮ ਹੋ ਨਹੀਂ ਸਕਦੀ, ਇਹਦੇ ਨਾਲੋਂ ਵਧੀਆ ਕੋਈ ਚੀਜ਼ ਹੋ ਨਹੀਂ ਸਕਦੀ। ਉਹਦੀ ਤੁਹਾਨੂੰ ਕਿੰਨੀ ਕੁ ਉਹਦੀ ਵਿਸਕੋਸਟੀ ਹੋਣੀ ਚਾਹੀਦੀ ਆ, ਉਹ ਇਸ ਤਰ੍ਹਾਂ ਦਾ ਹੋਵੇ ਕਿ ਉਹਦੇ ਉੱਤੇ ਟਕਾ ਹੋ ਜਾਏ, ਅਤੇ ਉਹ ਜਿੰਨਾ ਸੰਘਣਾ ਹੋਵੇ ਉਨਾ ਉਹਦਾ ਟਕਾ ਹੋ ਜਾਏਗਾ, ਜਿੰਨਾ ਨਰਮ ਹੈ। ਸੋ ਇਸ ਕਰਕੇ ਉਹਨੂੰ ਸੰਘਣਾ ਕਰਕੇ ਲਾ ਲੈਣਾ ਚਾਹੀਦਾ ਹੈ। ਹੁਣ ਇਸ ਤੋਂ ਬਾਅਦ ਇਹ ਗੱਲ ਹੈਗੀ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਜਿੱਥੇ ਤੁਹਾਡੀਆਂ ਓਇਲੀ ਸਕਿਨਸ ਨੇ ਉੱਥੇ ਮੈਂ ਇਹ ਗੁਜ਼ਾਰਿਸ਼ ਕਰਾਂਗਾ, ਬਈ ਖੱਟਾ ਅਤੇ ਮਿੱਠਾ ਵਿਦਡਰਾਅ ਕਰ ਲਓ। ਜੇ ਕਿਤੇ ਲੈਣਾ ਹੈ ਥੋੜ੍ਹਾ ਬਹੁਤਾ ਤਾਂ ਫਰੂਟਸ ਤੋਂ ਲੈ ਲਓ, ਆਪਣੇ ਕੋਲੋਂ ਐਡਿਡ ਖੱਟਾ ਜਿਹੜਾ ਹੈ। ਅਸੀਂ ਬਹੁਤ ਸਾਰੀਆਂ ਸੈਸਿਸ ਜਿਹਦੇ ਵਿੱਚ ਖੱਟੇ ਦੀ ਜਿਹੜਾ ਬੇਸ ਹੈ ਉਹ ਬੜਾ ਡਿਫਰੈਂਟ ਹੁੰਦਾ ਹੈ, ਉਹ ਅਵੋਇਡ ਕਰ ਲੈਣਾ ਚਾਹੀਦਾ। ਸੋ ਖੱਟਾ ਅਤੇ ਮਿੱਠਾ, ਮਿੱਠਾ ਵੀ ਮੈਂ ਕਹਾਂਗਾ ਕਿ ਜਿਹੜੀਆਂ ਮਠਿਆਈਆਂ ਅਸੀਂ ਲੈਂਦੇ ਹਾਂ ਜਿਹਦੇ ਨਾਲ ਆਰਟੀਫਿਸ਼ੀਅਲ ਕਲਰ ਚਲੇ ਗਏ, ਖੁਸ਼ਬੂਆਂ ਚਲੀਆਂ ਗਈਆਂ, ਸਵਾਦ ਚਲੇ ਗਏ, ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ। ਔਰ ਬਲੈਮਸ਼ਿਸ ਇਹ ਬੜੀ ਸਟੱਬਰ ਨੇ, ਥੋੜ੍ਹੀ ਕੀਤੀਆਂ ਜਾਂਦੀਆਂ ਨੇ। ਹਾਂਜੀ, ਅਗਲਾ ਸਾਡਾ ਸਵਾਲ ਜਿਹੜਾ ਸੀਗਾ ਉਹ ਐਕਨੇ ਇਸ ਤੋਂ ਬਾਅਦ ਸੀਗਾ ਕਿ ਬਲੈਮਿਸ਼ਿਸ ਦਾ ਕਿਵੇਂ ਤੁਸੀਂ ਇਲਾਜ ਕਰਦੇ? ਬਲੈਮਿਸ਼ਿਸ ਤੁਸੀਂ ਡਾਕਟਰ ਸਾਹਿਬ ਠੀਕ ਕਿਹਾ ਕਿ ਬਲੈਮਿਸ਼ਿਸ ਲਈ ਜਿਹੜੀ ਮੈਂ ਕਰੀਮ ਦੱਸੀ ਆ ਉਹਦੀ ਮਸਾਜ ਤਾਂ ਹੋਣੀ ਹੋਣੀ ਆ ਜੀ। ਇਹਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਪਾਣੀ ਘੱਟ ਪੀ ਰਹੇ ਹੋ। ਪਾਣੀ ਦਾ ਇਨਟੇਕ ਜਿਹੜਾ ਆ ਉਹ ਮੋਰ ਦੈਨ ਸਫੀਸ਼ੀਐਂਟ ਚਾਹੀਦਾ ਆ। ਤੇ ਲੱਗਦੀ ਆ ਅਤੇ ਪਾਣੀ ਪੀਂਦੇ ਹਾਂ, ਰੈਗੂਲਰ ਇੰਟਰਵਲਸ 'ਤੇ ਅਸੀਂ ਬਾਡੀ ਨੂੰ ਪਾਣੀ ਨਹੀਂ ਦਿੰਦੇ, ਇਹ ਸਾਡੇ ਕੋਲ ਗੁਸਤਾਖੀ ਹੈ ਕਿ ਜਦੋਂ ਬਾਡੀ ਕ੍ਰਾਈ ਕਰਦੀ ਆ ਜਾਂ ਤੇਹ ਲੱਗੀ ਆ ਮੈਨੂੰ ਪਾਣੀ ਦਾ ਗਲਾਸ ਨਹੀਂ, ਪਹਿਲਾਂ ਕਹਿੰਦੇ ਤੇਹ ਲੱਗੀ ਹੈ, ਵੀ ਤੇਹ ਲੱਗਣ ਤੋਂ ਪਹਿਲਾਂ ਕਿਉਂ ਨਹੀਂ ਦਿੰਦੇ ਤੁਸੀਂ? ਪਰਟੀਕੁਲਰ ਇੰਟਰਵਲਸ 'ਤੇ, ਰੈਗੂਲਰ ਇੰਟਰਵਲਸ 'ਤੇ ਸਾਨੂੰ 4 ਤੋਂ 6 ਲੀਟਰ ਪਾਣੀ ਰੋਜ਼ ਪੀਣਾ ਚਾਹੀਦਾ। ਮੌਸਮਾਂ ਦਾ ਫਰਕ ਆ, ਜਦੋਂ ਸਾਡੇ ਕੋਲ ਪੰਜਾਬ ਦੇ ਵਿੱਚ ਗਰਮੀ ਹੁੰਦੀ ਹੈ ਤਾਂ ਉਸ ਵੇਲੇ ਕਹਿੰਦੇ ਆ ਕਿ 8 ਲੀਟਰ ਤੱਕ ਪਾਣੀ ਪੀਣਾ ਚਾਹੀਦਾ, ਜਿਹੜਾ ਕਿ 15-20 ਮਿੰਟਾਂ 'ਚ ਇੱਕ ਗਲਾਸ ਬਣਦਾ ਆ ਕਲੀਨਜ਼ਿੰਗ ਵਾਸਤੇ। ਦੂਸਰੀ ਗੱਲ ਇਹ ਆ ਕਿ ਲਿਵਰ ਦੀ ਅਸੀਂ ਇੱਕ ਵੱਖਰੀ ਟੌਕ ਵੀ ਡਿਸਕਸ ਕੀਤੀ ਸੀ, ਉਹਦੀ ਕਲੀਨਜ਼ਿੰਗ ਵਾਸਤੇ ਵੀ ਪਾਣੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਪਲੱਸ ਅਸੀਂ ਸਾਦਾ ਖਾਣਾ ਸੰਯਮ ਦੇ ਨਾਲ, ਜ਼ਰੂਰਤ ਦੇ ਮੁਤਾਬਕ, ਤੇਜ਼ ਤਰਾੜ, ਟੂ ਮੱਚ ਜਿਹੜਾ ਲੈਣਾ ਹੈ ਉਹ ਸਾਨੂੰ ਸੰਯਮ ਦੇ ਵਿੱਚ ਖਾਈਏ, ਔਰ ਬਿਲਕੁਲ ਸਾਦਾ ਅਤੇ ਬਹੁਤ ਹੀ ਸਿੰਪਲ ਕਿਸਮ ਦਾ ਸਾਨੂੰ ਖਾਣਾ ਖਾਣਾ ਚਾਹੀਦਾ, ਜਿਹਦੇ ਨਾਲ ਕਿ ਸਾਡੇ ਸਰੀਰ ਦੀ ਉਤਪੀੜਨਾ ਨਾ ਹੋਵੇ, ਸਾਡੇ ਸਰੀਰ ਦਾ ਉਤਪੀੜਨ ਨਾ ਹੋਵੇ, ਇਹਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਮੈਂ ਵਿੱਚ ਆਪਣੇ ਕੋਲੋਂ ਕੁਝ ਐਡ ਕਰਦੀ ਹੋਈ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਜੋ ਵੀ ਕੁਦਰਤ ਨੇ ਬਖਸ਼ਿਆ ਹੈ ਉਹ ਬਹੁਤ ਹੀ ਨੋਰਮਲ ਹੁੰਦਾ ਹੈ ਸਾਰਾ ਕੁਛ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਸ ਵੇਲੇ ਹਾਰਮੋਨਲ ਚੇਂਜਸ ਆਉਂਦੀਆਂ ਨੇ ਉਹਨਾਂ ਨੂੰ ਉਂਝ ਹੀ ਐਕਸੈਪਟ ਕਰਨਾ ਚਾਹੀਦਾ ਆ, ਉਹ ਕੋਈ ਵੀ ਗੈਰ ਕੁਦਰਤੀ ਚੀਜ਼ ਨਹੀਂ ਹੁੰਦੀ। ਜਦੋਂ ਬਲੈਮਿਸ਼ਿਸ ਆਉਂਦੀਆਂ ਨੇ ਆਮ ਤੌਰ 'ਤੇ ਪ੍ਰੈਗਨੈਂਸੀ ਦੇ ਦੌਰਾਨ ਜਾਂ ਬੱਚੇ ਦੀ ਪੈਦਾਇਸ਼ ਤੋਂ ਬਾਅਦ, ਅਤੇ ਹਾਰਮੋਨਲ ਚੇਂਜਸ ਦੇ ਕਾਰਨ ਵੀ ਇਹ ਆਉਂਦੀਆਂ ਨੇ। ਸੋ ਇਹਨਾਂ ਨੂੰ ਐਕਸੈਪਟ ਕਰਕੇ ਸਮੇਂ ਦੇ ਨਾਲ ਜਾਂ ਜਿਸ ਤਰ੍ਹਾਂ ਦੇ ਕੁਦਰਤੀ ਇਲਾਜ ਦੱਸਿਆ ਗਿਆ ਹੈ ਉਹਦੇ ਨਾਲ ਇਹਨਾਂ ਨੂੰ ਸਹੀ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਜਦੋਂ ਬੱਚਾ ਟੀਨਏਜ ਤੋਂ ਜਵਾਨੀ ਵੱਲ ਵੱਧਦੀ ਹੈ, ਲੜਕੀ ਖਾਸ ਕਰਕੇ, ਅਤੇ ਉਹਦੇ ਪਿੰਪਲਸ ਆ ਜਾਂਦੇ ਨੇ, ਅਤੇ ਉਸਨੂੰ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ। ਇਹ ਵੀ ਕੁਦਰਤ ਦੀਆਂ ਬਖਸ਼ਿਸ਼ਾਂ ਹੀ ਨੇ ਜਿਹੜੀਆਂ ਉਸਨੇ ਦਿੱਤੀਆਂ ਹੈ। ਅਗਰ ਪਿੰਪਲਸ ਚਿਹਰੇ 'ਤੇ ਨਜ਼ਰ ਆਉਂਦੇ ਨੇ ਤਾਂ ਸਰੀਰ ਦੇ ਵਿੱਚ ਅੰਦਰ ਜਿਹੜਾ ਆ ਬਹੁਤ ਕੁਝ ਚੰਗਾ ਖੂਬਸੂਰਤ ਵਾਪਰ ਰਿਹਾ ਹੁੰਦਾ ਆ, ਉਸ ਦੀਆਂ ਨਿਸ਼ਾਨੀਆਂ ਵੀ ਹੁੰਦੀਆਂ। ਸੋ ਇਸ ਤੋਂ ਘਬਰਾ ਜਾਣਾ ਔਰ ਭਟਕਦੇ ਫਿਰਨਾ ਇਹਨਾਂ ਦੇ ਇਲਾਜ ਵਾਸਤੇ ਇਹ ਵੀ ਕੋਈ ਜ਼ਰੂਰੀ ਨਹੀਂ ਹੈ। ਕੁਦਰਤ ਵੱਲੋਂ ਮਿਲੀਆਂ ਚੀਜ਼ਾਂ ਨੂੰ ਐਜ਼ ਸੱਚ ਐਕਸੈਪਟ ਕਰ ਲੈਣਾ
ਔਰ ਕੁਦਰਤੀ ਢੰਗ ਦੇ ਨਾਲ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ, ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਦੂਸਰੀ ਗੱਲ ਜਿਹੜੀ ਬਹੁਤ ਮਹੱਤਵਪੂਰਨ ਸਾਡੇ ਸਾਹਮਣੇ ਆਈ ਹੈ ਹੁਣ ਤੱਕ, ਉਹ ਇਹ ਵੀ ਹੈ ਕਿ ਜੋ ਚੀਜ਼ਾਂ ਸਾਡੇ ਆਲੇ ਦੁਆਲੇ ਵਿੱਚ, ਜੜੀ ਬੂਟੀ ਵਿੱਚ, ਜੜੀ ਬੂਟੀ ਹੀ ਕਵਾਂਗੇ, ਚਾਹੇ ਉਹ ਜਾਇਫਲ ਹੈ, ਚਾਹੇ ਉਹ ਹਲਦੀ ਹੈ, ਅਤੇ ਚਾਹੇ ਉਹ ਸ਼ਹਿਦ ਹੈ ਜਾਂ ਨਿੰਬੂ ਹੈ, ਇਹ ਸਾਰਾ ਕੁਛ। ਅਤੇ ਇਸ ਤੋਂ ਵੀ ਅੱਗੇ ਜਾ ਕੇ ਕੁਦਰਤ ਦੀ ਸਭ ਤੋਂ ਵੱਡੀ ਬਖਸ਼ਿਸ਼ ਪਾਣੀ ਹੈ। ਇਹ ਜਿੰਨਾ ਸਰੀਰ ਦੇ ਬਾਹਰ ਵਰਤੋਂ ਵਾਸਤੇ ਜ਼ਰੂਰੀ ਹੈ, ਓਨਾ ਹੀ ਅੰਦਰ ਜ਼ਰੂਰੀ ਹੈ। ਜਾਂ ਦੂਸਰੇ ਤਰ੍ਹਾਂ ਮੈਂ ਇਹ ਕਹਾਂ ਕਿ ਜਿੰਨਾ ਇਹ ਖਾਣ ਵਾਲੀਆਂ ਚੀਜ਼ਾਂ ਨੇ ਅਤੇ ਖਾਣ ਵਿੱਚ ਜ਼ਰੂਰੀ ਨੇ, ਓਨੀਆਂ ਹੀ ਸਕਿਨ 'ਤੇ ਲਾ ਕੇ ਵੀ ਇਹਨਾਂ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਡਾਕਟਰ ਸਾਹਿਬ, ਇੱਕ ਹੋਰ ਵੀ ਚੀਜ਼ ਜਾਣਨੀ ਚਾਹਾਂਗੇ ਇਸ ਤੋਂ ਵੀ ਅੱਗੇ, ਕਿ ਕਈ ਵਾਰੀ ਸਕਿਨ ਜਿਹੜੀ ਆ ਉਹ ਉਹਦੇ 'ਤੇ ਕਾਲੇ ਧੱਬੇ ਪੈ ਜਾਂਦੇ ਆ ਜਾਂ ਚਿੱਟੇ ਧੱਬੇ ਪੈ ਜਾਂਦੇ ਆ, ਵਾਈਟ ਸਪੋਟਸ ਆ ਜਾਂਦੇ ਨੇ, ਜਿਹੜੇ ਕਿ ਕਈ ਵਾਰੀ ਬੱਚਿਆਂ ਨੂੰ ਕਹੀਦਾ ਕਿ ਇਹਨਾਂ ਦਾ ਜੀ ਕਲੀਨਜ਼ਿੰਗ ਕਰਾਓ, ਇਹਨਾਂ ਦੀ ਸਫਾਈ ਕਰਾਓ, ਇਹਨਾਂ ਨੂੰ ਆਹ ਕੁਛ ਖਵਾਓ ਜਿਹਦੇ ਨਾਲ ਇਹਨਾਂ ਦਾ ਅੰਦਰੋਂ ਸਫਾਈ ਹੋ ਜਾਵੇ, ਇਹਨਾਂ ਦਾ ਲਿਵਰ ਠੀਕ ਕੰਮ ਨਹੀਂ ਕਰ ਰਿਹਾ। ਤੁਸੀਂ ਹੁਣੇ ਜ਼ਿਕਰ ਵੀ ਕੀਤਾ ਕਿ ਅਗੇਨ ਦੈਟ ਇਜ਼ ਪਾਰਟ ਆਫ ਕਲੀਨਜ਼ਿੰਗ। ਸੋ ਉਹ ਚਿੱਟੇ ਧੱਬੇ ਜਿਹੜੇ ਬੱਚਿਆਂ ਦੇ ਚਿਹਰਿਆਂ 'ਤੇ ਆ ਜਾਂਦੇ ਨੇ, ਉਹਦੇ ਕੀ ਕਾਰਨ ਹੁੰਦੇ ਨੇ ਅਤੇ ਕਿਵੇਂ ਠੀਕ ਹੋ ਸਕਦੇ ਨੇ? ਬੜਾ ਮੌਕੇ 'ਤੇ ਅਤੇ ਮਹੱਤਵਯੋਗ ਨੁਕਤਾ ਤੁਸੀਂ ਉਠਾਇਆ। ਜਿਹੜੀ ਵਾਈਟ ਪਿਗਮੈਂਟੇਸ਼ਨ ਆ, ਖਾਸ ਕਰਕੇ ਛੋਟੀ ਉਮਰ ਦੇ ਵਿੱਚ, ਬੱਚਿਆਂ ਦੇ ਵਿੱਚ, ਚਾਹੇ ਉਹ ਲੜਕਾ ਹੋਵੇ ਲੜਕੀ ਹੋਵੇ, ਅਜੇ ਅਸੀਂ ਪਿਊਬਰਟੀ ਤੋਂ ਐਂਟਰ ਨਹੀਂ ਕੀਤੇ, ਉਸ ਵੇਲੇ ਇਹ ਜਿਹੜੀ ਅਸੀਂ ਇੰਟੋਕਸੀਕੇਸ਼ਨ ਦੀ ਜਾਂ ਆਟੋ ਇੰਟੋਕਸੀਕੇਸ਼ਨ ਦੀ ਗੱਲ ਕਰਦੇ ਹਾਂ, ਤਾਂ ਪੇਟ ਦੇ ਵਿੱਚ ਬਹੁਤ ਸਾਰੇ ਵਾਰਮ ਇਨਫੈਸਟੇਸ਼ਨ ਹੋ ਜਾਂਦੀ ਹੈ, ਔਰ ਉਹਨਾਂ ਵਾਰਮ 'ਤੇ ਜਿਹੜਾ ਐਕਸਕ੍ਰੀਟਾ ਆ, ਜਿਹੜਾ ਉਹ ਟੌਕਸਿਨ ਰਿਲੀਜ਼ ਕਰਦੇ ਨੇ, ਉਹਦੇ ਨਾਲ ਜੋ ਪੇਟ 'ਚ ਵਾਪਰਦਾ ਆ ਉਹ ਵੱਖਰਾ, ਜੋ ਸਰਕੂਲੇਸ਼ਨ ਦੇ ਥਰੂ ਲਿਵਰ 'ਚ ਜਾ ਕੇ ਵਾਪਰਦਾ ਆ ਉਹ ਵੱਖਰਾ ਹੈ। ਉਹ ਚਿਹਰੇ ਦੇ ਉੱਤੇ ਚਟਾਕ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਚਿੱਟੇ ਚਿੱਟੇ ਪਿਗਮੈਂਟੇਸ਼ਨ ਹੈ ਜਾਂ ਥਿਮ ਆ ਜਾਂਦੇ ਆ, ਉਹ ਥਿਮ ਨੇ ਜਿਹੜੇ ਉਹ ਇੰਡੀਕੇਟ ਇਹ ਕਰਦੇ ਹੈਗੇ ਆ ਕਿ ਪੇਟ ਦੇ ਵਿੱਚ ਕਿਤੇ ਵਾਰਮ ਇਨਫੈਸਟੇਸ਼ਨ ਨਾ ਹੋਵੇ। ਉਸ ਵੇਲੇ ਡਾਕਟਰ ਨਾਲ ਜਾਂ ਕਿਸੇ ਵੀ ਸਿਆਣੇ ਨਾਲ ਜ਼ਰੂਰ ਡਿਸਕਸ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਦੇ ਵਾਈਟ ਪਿਗਮੈਂਟੇਸ਼ਨ ਹੈ। ਅਤੇ ਜਦੋਂ ਪੇਟ ਦੇ ਵਿੱਚ ਵਾਰਮਸ ਹੁੰਦੇ ਆ, ਉਸ ਵੇਲੇ ਹੋਰ ਕੁਛ ਅਲਾਮਤਾਂ ਨੇ ਜਿਹੜੀਆਂ ਜ਼ਰੂਰ ਵੈਰੀਫਾਈ ਕਰ ਲੈਣੀਆਂ ਚਾਹੀਦੀਆਂ, ਜਿਹੜੀਆਂ ਕਿ ਸਾਡੇ ਕੋਲ ਪੁਰਾਤਨ ਇਲਾਜ ਪ੍ਰਬੰਧ ਦੇ ਵਿੱਚ, ਸਾਡੇ ਕੋਲ ਕੋਈ ਸਟੈਥੋ ਨਹੀਂ ਸੀ ਹੁੰਦਾ, ਸਾਡੇ ਕੋਲ ਕੋਈ ਬੀ ਪੀ ਅਪਰੇਟਸ ਨਹੀਂ ਸੀ ਹੁੰਦਾ, ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੇਖ ਕੇ ਪੈਲਪੇਟ ਕਰਕੇ ਨਬਜ਼ ਦੇ ਨਾਲ ਸਾਈਨ ਸਿਮਟਮਸ ਦੇ ਨਾਲ ਅਸੀਂ ਕਿਸੇ ਬਿਮਾਰੀ ਦੇ ਨੁਕਤੇ 'ਤੇ ਪਹੁੰਚਦੇ ਸੀ, ਅਤੇ ਫਿਰ ਅਸੀਂ ਇਲਾਜ ਕਰਦੇ ਸੀ ਕਿ ਕਿਤੇ ਬੱਚਾ ਦੰਦ ਗ੍ਰਾਇੰਡ ਤਾਂ ਨਹੀਂ ਕਰਦਾ, ਦੰਦ ਕਰੀਚਦਾ ਤਾਂ ਨਹੀਂ। ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਅਸੀਂ ਇਹ ਵੀ ਕਹਿੰਦੇ ਸੀ ਕਿ ਸੁੱਤਾ ਪਿਆ ਬੱਚਾ ਕਿਤੇ ਸਰਾਣਾ ਗਿੱਲਾ ਤਾਂ ਨਹੀਂ ਕਰਦਾ, ਮੂੰਹ 'ਚੋਂ ਪਾਣੀ ਤਾਂ ਨਹੀਂ ਵਗਦਾ। ਉਸ ਤੋਂ ਬਾਅਦ ਵੀ ਇਹ ਹੁੰਦਾ ਸੀ ਕਿ ਪੇਟ 'ਚ ਅਕਸਰ ਮਿੱਠੀ ਮਿੱਠੀ ਦਰਦ ਹੁੰਦੀ ਰਹਿੰਦੀ ਆ, ਉੱਦਾਂ ਤਾਂ ਨਹੀਂ, ਜਾਂ ਬੱਚਾ ਦੁਬਾਰਾ ਦੁਬਾਰਾ ਟੋਇਲਟ 'ਤੇ ਨਹੀਂ ਜਾਂਦਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਅਸੀਂ ਲੱਭ ਲੈਂਦੇ ਸਾਂ ਕਿ ਹਾਂ ਇਸ ਬੱਚੇ ਦੇ ਵਾਰਮ ਇਨਫੈਸਟੇਸ਼ਨ ਹੈ ਅਤੇ ਉਹਨੂੰ ਡੀਵਾਰਮ ਕਰਨਾ। ਹੁਣ ਗੱਲ ਤਾਂ ਟੌਕਸਿਨ ਦੀ ਹੈ, ਚਾਹੇ ਉਹ ਸਾਡੇ ਵਾਰਮ ਦਾ ਐਕਸਕ੍ਰੀਟ ਹੈ, ਚਾਹੇ ਅਸੀਂ ਬਾਹਰੋਂ ਟੌਕਸਿਨਸ ਲਏ, ਜਾਂ ਅਸੀਂ ਓਵਰਏਟਿੰਗ ਕੀਤੀ, ਜਾਂ ਅਸੀਂ ਸੁਮੇਲ ਠੀਕ ਨਹੀਂ ਲਿਆ, ਜਾਂ ਅਸੀਂ ਆਰਟੀਫਿਸ਼ਲਟੀ ਲਈ, ਜਾਂ ਅਸੀਂ ਅਲਕੋਹਲ ਸੁੱਟੀ ਆਪਣੇ ਅੰਦਰ, ਉਹਦੇ ਨਾਲ ਇਹ ਚੀਜ਼ਾਂ ਦੇ ਵਿੱਚ ਬਾਡੀ ਦੇ ਵਿੱਚ ਜਿਹੜੀਆਂ ਚੇਂਜਸ ਆਉਂਦੀਆਂ ਉਹਦੀਆਂ ਇਹ ਅਲਾਮਤਾਂ ਨੇ। ਅਲਾਮਤਾਂ ਤੋਂ ਅਸੀਂ ਬਹੁਤ ਵਾਰੀ ਟਿਕਾਣੇ 'ਤੇ ਪਹੁੰਚ ਕੇ ਅਤੇ ਸਹੀ ਹਿੱਟ ਕਰ ਲੈਂਦੇ, ਉਹਦਾ ਠੀਕ ਇਲਾਜ ਪ੍ਰਬੰਧ ਹੁੰਦਾ। ਦੇਖੋ, ਕੁਦਰਤ ਨੇ ਕਿੰਨਾ ਖੂਬਸੂਰਤ ਅਤੇ ਇੱਕ ਪ੍ਰੋਸੈਸ ਬਣਾਇਆ ਹੋਇਆ ਹੈ ਕਿ ਜੋ ਵੀ ਅਨਵਾਂਟਿਡ ਟੌਕਸਿਨਸ ਅਗਰ ਬਾਡੀ 'ਚ ਜਮ੍ਹਾਂ ਹੋ ਜਾਂਦੇ ਨੇ ਅਤੇ ਉਹ ਚਟਾਕਾਂ ਦੀ ਸ਼ਕਲ ਦੇ ਵਿੱਚ ਚਿਹਰੇ 'ਤੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਕੀਮਤੀ ਗੱਲਾਂ ਦੱਸੀਆਂ ਕਿ ਕੁਦਰਤ ਦੀਆਂ ਬਖਸ਼ੀਆਂ ਦਾਤਾਂ ਦੇ ਨਾਲ, ਕੁਦਰਤ ਦੀ ਬਖਸ਼ੀ ਦਾਤ ਨੂੰ
ਕਿਵੇਂ ਹੋਰ ਵਧੇਰੇ ਖੂਬਸੂਰਤ ਬਣਾਇਆ ਜਾ ਸਕਦਾ ਹੈ। ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਮਿਹਰਬਾਨੀ ਤੁਸੀਂ ਆਏ। ਤੁਸੀਂ ਆਪਣੇ ਕੰਟੈਕਟਸ ਜੇ ਦੱਸ ਦਿਓ ਤਾਂ ਬਹੁਤ ਮਿਹਰਬਾਨੀ ਹੋਵੇਗੀ। ਕਾਇੰਡਲੀ ਮੇਰਾ ਟੈਲੀਫੋਨ ਨੰਬਰ ਜਿਹੜਾ ਇੰਡੀਆ ਦਾ ਹੈਗਾ ਹੈ, ਇਟਸ 9888953901 ਜਾਂ 9888959391 ਜਾਂ 9888953901। ਮੈਂ ਰਿਪੀਟ ਕਰ ਦਿੰਦੀ ਹਾਂ, 9888953901। ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਕੀਮਤੀ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।